ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲੰਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਮੇਰੋ ਮੇਰ ਪ੍ਰਭਤ ਸੁਆਮੀ ਓਟ ਗਈ ਮੈਂ ਤੇਰੀ ਨਾ ਤੁਮ ਡੁੱਲ ਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਹਵਾਲ ਮਾਲੂਮ ਕਰਦੰ ਪਾਕ ਅੱਲਾਹ ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਸੁਭਾਵਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਬਹੁਤ ਪ੍ਰੇਮ ਭਾਵਨਾ ਦੇ ਨਾਲ ਅੱਜ ਦੇ ਖਾਸ ਗੁਰਮਤ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਜੋ ਸਮਾਗਮ ਕੌਮ ਦੀ ਸੇਵਾ ਨੂੰ, ਪੰਥ ਦੀ ਸੇਵਾ ਨੂੰ ਸਮਰਪਿਤ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਦੀ ਸਾਲਾਨਾ ਯਾਦ ਦੇ ਵਿੱਚ ਸਮਾਗਮ ਆਪ ਗੁਰਦੁਆਰਾ ਬੰਗਲਾ ਸਾਹਿਬ ਤੋਂ ਸਰਵਣ ਕਰਦੇ ਹੋ, ਜੋ ਹਰ ਸਾਲ 31 ਮਾਰਚ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨਾਂ 'ਤੇ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਯਾਦ ਦੇ ਵਿੱਚ ਮਨਾਏ ਜਾਂਦੇ ਨੇ। ਉਸੀ ਲੜੀ ਦੇ ਵਿੱਚ ਰਜੌਰੀ ਗਾਰਡਨ F1 ਸਰਦਾਰ ਗੋਬਿੰਦ ਸਿੰਘ ਜੀ ਹਰ ਸਾਲ ਆਪਣੇ ਗ੍ਰਹਿ ਵਿਖੇ ਇਹ ਸਮਾਗਮ ਲਗਾਤਾਰ ਕਰਾਉਂਦੇ ਆ ਰਹੇ ਨੇ। ਦਾਸ ਨੂੰ ਪਿਛਲੇ ਕਈ ਸਾਲਾਂ ਤੋਂ ਜਦ ਤੋਂ ਇਸ ਪਾਵਨ ਦਰਬਾਰ ਦੀ ਸੇਵਾ ਝੋਲੀ ਪਈ ਹੈ, 2018-19 ਤੋਂ ਲਗਾਤਾਰ ਹਰ ਸਾਲ ਸਰਦਾਰ ਗੋਬਿੰਦ ਸਿੰਘ ਜੀ ਉਹਨਾਂ ਦੇ ਘਰ ਵਿਖੇ ਗ੍ਰਹਿ ਵਿਖੇ ਹਰ ਸਾਲ ਲਗਾਤਾਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਯਾਦ ਦੇ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਮਿਲਦਾ। ਸਤਿਗੁਰ ਨੇ ਐਤਕੀ ਰਹਿਮਤ ਕੀਤੀ ਹੈ, ਪ੍ਰਬੰਧਕ ਜਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਰਦਾਰ ਹਰਮਨਜੀਤ ਸਿੰਘ ਜੀ, ਸਰਦਾਰ ਦਲੀਪ ਸਿੰਘ ਜੀ, ਹੋਰ ਪਤਵੰਤੇ ਸੱਜਣ ਜਿੰਨੇ ਵੀ ਕਮੇਟੀ ਦੇ, ਖੰਨਾ ਸਾਹਿਬ ਵੀ, ਪ੍ਰੀਤ ਪ੍ਰਤਾਪ ਸਿੰਘ ਵੀ, ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਵਿਚਾਰ ਹੋਇਆ, ਕਿਉਂਕਿ ਸਰਦਾਰ ਗੋਬਿੰਦ ਸਿੰਘ ਜੀ ਦੇ ਮਨ 'ਚ ਇਹ ਖਿਆਲ ਸੀ ਕਿ ਐਤਕੀ ਸਮਾਗਮ ਸੰਗਤੀ ਤੌਰ 'ਤੇ ਗੁਰਦੁਆਰਾ ਸਿੰਘ ਸਭਾ ਰਜੌਰੀ ਗਾਰਡਨ ਵਿਖੇ ਕਰਵਾਇਆ ਜਾਏ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਔਰ ਗੁਰਮੁਖ ਪਿਆਰਿਆਂ ਦੇ ਪ੍ਰੇਮ ਭਾਵਨਾ ਦੇ ਵਿੱਚ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਇਹ ਸਮਾਗਮ ਐਤਕੀ
ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਦੀ ਯਾਦ ਦੇ ਵਿੱਚ ਅਤੇ ਬਾਬਾ ਗੁਰਬਚਨ ਸਿੰਘ ਜੀ ਦੀ ਯਾਦ ਦੇ ਵਿੱਚ ਇਹ ਸਮਾਗਮ ਇੱਥੇ ਉਲੀਕੇ ਗਏ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਬਚਨ ਹੈ, ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸਿਉਂਕਿ ਮੈਂ ਬਚਪਨ ਤੋਂ ਹੀ ਜਦ ਆਪਣੇ ਪਿਤਾ ਜੀ ਦੇ ਨਾਲ ਬੰਗਲਾ ਸਾਹਿਬ ਗੁਰਦੁਆਰੇ ਜਾਂਦਾ ਰਿਹਾ, ਛੋਟੀ ਉਮਰ ਤੋਂ ਹੀ ਜਦ ਤੱਕ ਤੋਂ ਮੈਂ ਹੋਸ਼ ਸੰਭਾਲੀ ਹੈ, ਅਤੇ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਇਹਨਾਂ ਨੂੰ ਮੈਂ ਹੱਥੀਂ ਸੇਵਾ ਕਰਦੇ ਵੀ ਜਿੰਨਾ ਮੇਰੀ ਸਿਮਰਤੀ ਦੇ ਵਿੱਚ ਯਾਦ ਹੈ, ਜਿਹਣੀ ਮੇਰੀ ਸਿਮਰਤੀ ਦੇ ਵਿੱਚ ਉਹਨਾਂ ਦੀ ਤਸਵੀਰ ਬਣੀ ਹੈ। ਜਦ ਵੀ ਪਿਤਾ ਜੀ ਨੇ ਦੱਸਿਆ ਜਾਂ ਪਾਪਾ ਨੇ ਦੱਸਿਆ ਜੀ ਇਹ ਸੇਵਾ ਕਰਦੇ ਨੇ ਬਾਬਾ ਜੀ ਨੇ, ਜਾਂ ਤਾਂ ਮੈਂ ਰੋੜੀ ਕੁੱਟਦੇ ਦੇਖਿਆ ਉਹਨਾਂ ਨੂੰ, ਜਾਂ ਲੈਂਟਰ ਦੀ ਸੇਵਾ, ਜਾਂ ਤੀਸਰਾ ਮੇਰੇ ਅਕਸ ਦੇ ਵਿੱਚ ਮੇਰੇ ਅੰਦਰ ਇੱਕ ਤਸਵੀਰ ਬਣੀ ਹੈ ਕਿ ਹੱਥ ਦੇ ਵਿੱਚ ਪ੍ਰਸ਼ਾਦਾ ਲੈ ਕੇ ਉਹ ਛੱਕ ਰਹੇ ਨੇ, ਬਸ ਇਹ ਤਿੰਨ ਚੀਜ਼ਾਂ। ਔਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਜੀਵਨ ਬਾਬਤ ਕਈ ਸਾਲਾਂ ਤੋਂ ਪੜ੍ਹਨ ਦਾ ਜਾਣਨ ਦਾ ਮੌਕਾ ਵੀ ਮਿਲਿਆ। ਸੋ ਆਓ ਆਪ ਬਖਸ਼ੋ ਅਸੀਸ, ਗੁਰਬਾਣੀ ਦੇ ਇਸ ਫੁਰਮਾਨ ਤੋਂ ਅਸੀਂ ਅੱਜ ਕਥਾ ਵਾਰਤਾ ਆਪ ਸੰਗਤਾਂ ਦੀ ਸੇਵਾ ਵਿੱਚ ਸਤਿਗੁਰ ਜੀ ਦੇ ਬਚਨ ਕਮਾਉਣ ਵਾਲਿਆਂ ਦਾ ਜ਼ਿਕਰ ਕਰ ਸਕੀਏ, ਜਿਹਦੇ ਬਾਬਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਲਿਖਦੇ ਨੇ, ਜੋ ਜਾਣੈ ਤੇ ਸਦਾ ਸੁਖ ਹੋਏ। ਜਿਨ੍ਹਾਂ ਨੇ ਜੁਗਤ ਜਾਣ ਲਈ ਹੈ ਉਹਨਾਂ ਨੂੰ ਪਰਮ ਸੁਖ ਅਤੇ ਆਨੰਦ ਦੀ ਪ੍ਰਾਪਤੀ ਹੋਈ। ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਕਰਾਇਆ। ਬਖਸ਼ੋ ਅਸੀਸ, ਇਹਨਾਂ ਬਚਨਾਂ ਨੂੰ ਕਮਾਉਣ ਵਾਲਿਆਂ ਦਾ ਅੱਜ ਜ਼ਿਕਰ ਕਰੀਏ, ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਹੈ ਸੁਆਉ, ਮਨੋਰਥ ਕੀ ਹੈ ਜਨ ਦੇ ਆਉਣ ਦਾ। ਜਨ ਕੈ ਸੰਗ ਚਿਤ ਆਵੈ ਨਾਉ, ਕੋਈ ਵਿਰਲੀ ਰੂਹ ਹੋਏਗੀ ਜਿਹਨੇ ਜੇ ਬਾਬਾ ਜੀ ਨੂੰ ਵੇਖ ਕੇ ਵੀ ਮੂੰਹ ਮੋੜ ਲਿਆ ਹੋਏ ਜਾਂ ਫੇਰ ਲਿਆ ਹੋਏ, ਨਹੀਂ ਤੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਾਬਾ ਜੀ ਦੇ ਦਰਸ਼ਨ ਕੀਤੇ ਜਾਂ ਸੰਗ ਮਾਣਿਆ, ਉਹਨਾਂ ਨੇ ਇਹੀ ਆਖਿਆ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਕਰਾਇਆ। ਉਹਨਾਂ ਨੇ ਇਹੀ ਆਖਿਆ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਮੈਂ ਇਸ ਲਈ ਇਹ ਬਚਨ ਗੁਰਬਾਣੀ ਦੇ ਵਰਤ ਰਿਹਾ ਕਿਉਂਕਿ ਆਪ ਜੀ ਨੂੰ ਬਾਬਾ ਜੀ ਦੇ ਜੀਵਨ ਬਾਬਤ ਸੁਣਦਿਆਂ ਜਾਣਦਿਆਂ ਇਹ ਸਾਰੀ ਸ਼ੰਕਾ ਦੂਰ ਹੋ ਜਾਏਗੀ ਜੋ ਆਪ ਜੀ ਦੇ ਮਨ ਦੇ ਵਿੱਚ ਸ਼ਾਇਦ ਬਣੀ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸੰਤ ਜਨਾਂ ਦਾ ਜ਼ਿਕਰ ਹੈ, ਬੰਦਗੀ ਭਗਤੀ ਕਰਨ ਵਾਲੇ ਸੇਵਾ ਕਰਨ ਵਾਲਿਆਂ ਦਾ ਜ਼ਿਕਰ ਹੈ ਬਹੁਤ ਜ਼ਿਆਦਾ, ਔਰ ਉਹਨਾਂ ਦਾ ਵੀ ਜ਼ਿਕਰ ਹੈ ਜਿਹੜੇ ਭੇਖ ਦੇ ਥੱਲੇ, ਜਿਹੜੇ ਧਰਮਕ ਧਾਰਮਿਕ ਭੇਖ ਦੇ ਥੱਲੇ ਅਤੇ ਪਾਪ ਵੀ ਕਰਦੇ ਨੇ ਅਤੇ ਕੁਫਰ ਵੀ ਕਰਦੇ ਨੇ, ਦੋਨੋਂ ਆਏ ਨੇ। ਸਤਿਗੁਰੂ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੇ ਇੱਕੋ ਬਚਨ ਦੇ ਵਿੱਚ ਦੋਨਾਂ ਦਾ ਅਸੀਂ ਦੀਦਾਰ ਕਰ ਸਕਦੇ ਹਾਂ। ਇੱਕ ਉਹ ਜਿਹਨੂੰ ਮਹਾਰਾਜ ਜੀ ਕਹਿੰਦੇ ਹੈ
ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ 68 ਤੀਰਥ ਜੇ ਨਾਵੈ ਉਤਰੈ ਨਾਹੀਂ ਮੈਲ। ਇੱਥੇ ਉਹ ਜ਼ਿਕਰ ਹੈ ਜਿਹੜੇ ਬਾਹਰ ਦੇ ਭੇਖ ਦੇ ਵਿੱਚ ਧਾਰਮਿਕ ਭੇਖ ਦੇ ਵਿੱਚ ਅੰਦਰ ਪਾਪ ਕਮਾਉਂਦੇ ਨੇ, ਤੇ ਦੂਸਰੇ ਉਹ ਨੇ ਜਿਨ੍ਹਾਂ ਦਾ ਜ਼ਿਕਰ ਹੈ ਭਾਵੇਂ ਉਹਨਾਂ ਦਾ ਭੇਖ ਖੱਦਰ ਹੋਏ ਭਾਵੇਂ ਉਹ ਬਾਹਰੋਂ ਸਾਧੇ ਹੋਣ। ਤੇ ਅਸੀਂ ਕਹਿੰਦੇ ਹਾਂ ਇਹਨਾਂ ਨੂੰ ਕੀ ਪਤਾ ਹੋਏਗਾ ਦੁਨੀਆਦਾਰੀ ਬਾਰੇ, ਪਰ ਬਾਬਾ ਹਰਬੰਸ ਸਿੰਘ ਜੀ ਬਾਰ ਬਾਬਤ ਇੱਕ ਗੱਲ ਹਰ ਕੋਈ ਜਾਣਦਾ ਹੈ ਤੇ ਜਾਣਦਾ ਸੀ ਕਿ ਉਹ ਇਕੱਲੇ ਕਾਰ ਸੇਵਾ ਨਹੀਂ ਕਰਦੇ ਸੀ, ਹਰ ਪੰਥਕ ਗਤੀਵਿਧੀਆਂ ਨੂੰ ਉਹ ਘੋਖ ਕੇ ਜਾਣਦੇ ਸਨ ਤੇ ਹਰ ਗਤੀਵਿਧੀ ਬਾਰੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਪੰਥ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ। ਦੇਖੋ ਜਿਹੜਾ ਰਾਜਨੀਤਿਕ ਬੰਦਾ ਇੱਕ ਭਗਤੀ ਕਰਨ ਵਾਲੇ ਬੰਦੇ ਤੋਂ ਜ਼ਿਆਦਾ ਹੋ ਸਕਦਾ ਰਾਜਨੀਤਿਕ ਬੰਦੇ ਨੂੰ ਲੋਕੀ ਮੱਥਾ ਟੇਕਣ, ਇਹ ਹੋ ਸਕਦਾ। ਤੁਸੀਂ ਦੇਖੋ ਆਮ ਸੰਸਾਰ ਦੇ ਵਿੱਚ ਰਾਜਨੀਤਿਕ ਬੰਦੇ ਨੂੰ ਬੜਾ ਪੂਜਦਾ, ਇਨਸਾਨ ਵੀ ਕੰਮ ਕਰਵਾਉਣੇ ਆ, ਪਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੇ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਮੈਨੂੰ ਮੱਥਾ ਟੇਕੋ, ਤੇ ਜਿਹੜਾ ਮੱਥਾ ਵੀ ਟੇਕਣ ਆਉਂਦਾ ਸੀ ਉਹਨਾਂ ਨੂੰ ਦੂਰ ਕਰ ਦਿੰਦੇ ਸੀ ਮੈਨੂੰ ਮੱਥਾ ਨਹੀਂ ਟੇਕਣਾ। ਪਹਿਲੀ ਗੱਲ ਉਹਨਾਂ ਦੇ ਜੀਵਨ ਵਿੱਚੋਂ ਜੋ ਮੈਂ ਆਪ ਵੇਖੀ, ਮੈਂ ਨਿੱਕਾ ਸੀ ਮੱਥਾ ਟੇਕਣ ਗਿਆ ਤੇ ਕਹਿੰਦੇ ਨਹੀਂ ਮੱਥਾ ਨਹੀਂ ਟੇਕਣਾ। ਇਹ ਗੱਲ ਮੈਨੂੰ ਯਾਦ ਹੈ, ਬੰਗਲਾ ਸਾਹਿਬ ਕਾਰ ਸੇਵਾ ਚੱਲਦੀ ਸੀ ਤੇ ਉਸ ਵੇਲੇ ਪਾਪਾ ਲੈ ਕੇ ਗਏ, ਕਹਿੰਦੇ ਨਹੀਂ। ਇਹ ਗੱਲ ਮੇਰੇ ਮਨ ਵਿੱਚ ਹੁਣ ਜਦ ਇਤਿਹਾਸ ਪੜਿਆ ਤੇ ਇਹ ਗੱਲ ਦ੍ਰਿੜ ਹੋਈ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਇਹ ਬਾਬਾ ਹਰਬੰਸ ਸਿੰਘ ਜੀ ਦੇ ਜੀਵਨ ਤੇ ਢੁਕਦਾ। ਅੰਦਰੋਂ ਉਹ ਰੇਸ਼ਮੀ ਨੇ, ਅੰਦਰੋਂ ਜਾਣਦੇ ਨੇ ਸੰਤ ਕੌਣ ਹੈ, ਭਗਤੀ ਕਰਨ ਵਾਲਾ ਕੌਣ ਹੈ, ਤੇ ਕਦੀ ਉਹਨਾਂ ਨੂੰ ਕੋਈ ਕਹਿ ਦੇਣਾ ਸੰਤ ਜੀ, ਉਹ ਕਹਿੰਦੇ ਮੈਨੂੰ ਸੰਤ ਨਹੀਂ ਆਖਣਾ, ਸੰਤ ਲਫ਼ਜ਼ ਨਹੀਂ ਵਰਤਣਾ। ਇੱਕ ਸਭ ਤੋਂ ਵੱਡੀ ਖਾਸੀਅਤ ਸੀ ਉਹਨਾਂ ਦੀ, ਤੇ ਕੀ ਆਖਣਾ, ਕਹਿੰਦੇ ਸਿਰਫ ਜੇ ਆਖਣਾ ਤੇ ਪਿਆਰ ਨਾਲ ਜਥੇਦਾਰ ਬਾਬਾ ਹਰਬੰਸ ਸਿੰਘ ਆਖੋ। ਕਦੀ ਸੰਤ ਲਫ਼ਜ਼ ਉਹਨਾਂ ਨੇ ਆਪਣੇ ਨਾਮ ਨਾਲ ਨਾ ਅਖਵਾਇਆ, ਨਾ ਲਗਵਾਇਆ, ਨਾ ਤੇ ਕਿਸੇ ਨੂੰ ਕਹਿਣ ਦਿੱਤਾ। ਔਰ ਇਹ ਸੱਚੀ ਬਾਣੀ ਦੀ ਇੱਕ ਗੱਲ ਨੂੰ ਬਿਲਕੁਲ ਦ੍ਰਿੜ ਕਰਦਾ, ਜਿਨ ਪਟ ਅੰਦਰ ਬਾਹਰ ਗੁੱਦੜ, ਬਾਹਰ ਭਾਵੇਂ ਉਹਨਾਂ ਨੇ ਖੱਦਰ ਤੇ ਸਿੱਧੇ ਕੱਪੜੇ ਪਾਏ, ਅਸੀਂ ਕਹਿੰਦੇ ਇਹ ਜਾਣਦੇ ਕੀ ਹੋਣਗੇ, ਪਰ ਜਿਹੜਾ ਭਗਤੀ ਕਰਨ ਵਾਲਾ ਹੈ ਨਾ, ਉਹਦੇ ਲੰਬੀ ਨਜ਼ਰ ਨਿਹਾਲੀਆ ਦਾ ਮਾਲਕ ਹੁੰਦਾ, ਉਹਨੂੰ ਪਤਾ ਹੁੰਦਾ ਆਉਣ ਵਾਲੇ ਸਮੇਂ ਵਿੱਚ ਕੀ ਵਰਤਣ ਵਾਲਾ, ਆਉਣ ਵਾਲੇ ਸਮੇਂ 'ਚ ਕੀ ਵਰਤੇਗਾ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ, ਦੇਖਣਾ ਵਿਚਾਰ ਰੰਗ ਹੱਸੈ, ਰੰਗ ਰੋਵੈ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀਂ, ਕਿਸੈ ਕੇਰੀ ਬਾਜ ਸਚੈ ਨਾ। ਸਰਗੋਦਾ ਪ੍ਰੀ ਪਾਰਟੀਸ਼ਨ 1920 ਦੇ ਵਿੱਚ ਬਾਬਾ ਹਰਬੰਸ ਸਿੰਘ ਜੀ ਦਾ ਜਨਮ ਹੋਇਆ ਪਾਕਿਸਤਾਨ ਸਰਗੋਦੇ ਦੇ ਵਿੱਚ, ਔਰ ਛੋਟੀ ਉਮਰ ਤੋਂ ਹੀ ਲੈ ਕੇ ਉਹਨਾਂ ਦੇ, ਕਿਉਂਕਿ ਪਿੰਡ ਦੇ ਵਿੱਚ ਭਗਤੀ ਕਰਨ ਵਾਲੇ ਰਹਿੰਦੇ ਸੀ ਤੇ ਗੁਰਮਤ ਦੀ ਗੁੜਤੀ ਪਿੰਡ ਦੇ ਵਿੱਚ ਹੀ ਵਸਣ ਵਾਲੇ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਗੁਰਸਿੱਖਾਂ ਤੋਂ ਮਿਲ ਗਈ, ਮਹਾਂਪੁਰਖਾਂ ਤੋਂ ਮਿਲ ਗਈ। ਸਮਾਂ ਪਾ ਕੇ ਇੱਕ ਵਾਰੀ ਨਨਕਾਣਾ ਸਾਹਿਬ ਜਾਣ ਦਾ ਉਹਨਾਂ ਨੂੰ ਮੌਕਾ ਮਿਲਿਆ। ਜਦ ਨਨਕਾਣਾ ਸਾਹਿਬ ਗਏ ਤੇ ਰਸਤੇ ਦੇ ਵਿੱਚ ਜਿਸ ਗੱਡੀ ਜਿਸ ਟਰਾਲੇ ਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਉੱਥੇ ਸਵਾਰੀਆਂ ਦੇ ਵਿੱਚ ਬੈਠੇ ਹੋਏ ਗੁਰਸਿੱਖਾਂ ਦੇ ਜ਼ੁਬਾਨ ਤੇ ਚਿੰਤਨ ਵਿੱਚ ਇੱਕ ਨਾਮ ਸੀ, ਉਹ ਨਾਮ ਸੀ ਬਾਬਾ ਗੁਰਮੁਖ ਸਿੰਘ ਦਾ। ਜਦ ਸਾਰੇ ਰਸਤੇ ਕੰਨੀ ਬਾਬਾ ਗੁਰਮੁਖ ਸਿੰਘ ਦਾ ਨਾਮ ਪਿਆ ਤੇ ਮਨ ਦੇ ਵਿੱਚ ਬਾਬਾ ਹਰਬੰਸ ਸਿੰਘ ਜੀ ਦੇ ਖਿਆਲ ਆਇਆ ਕਿ ਇਹ ਕਿਹੋ ਜਿਹੀ ਰੂਹ ਹੋਏਗੀ ਕਿ ਸਾਰੇ ਰਸਤੇ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਚੇਤੇ ਕਰਦੇ ਜਾ ਰਹੇ ਨੇ। ਉਸ ਵੇਲੇ ਨਨਕਾਣਾ ਸਾਹਿਬ ਦੀ ਸੇਵਾ ਬਾਬਾ ਗੁਰਮੁਖ ਸਿੰਘ ਦੇ ਕੋਲ ਸੀ। ਬਾਬਾ ਹਰਬੰਸ ਸਿੰਘ ਜੀ ਦਾ ਪੁਰਾਣਾ ਨਾਮ ਹਰੀ ਸਿੰਘ ਸੀ, ਹਰਬੰਸ ਸਿੰਘ ਨਾਮ ਨਹੀਂ ਸੀ ਜੋ ਸਾਨੂੰ ਉਹਨਾਂ ਦੇ ਜੀਵਨ ਵਿੱਚੋਂ ਮਿਲਦਾ, ਨਾਮ ਹਰੀ ਸਿੰਘ ਸੀ। ਤੇ ਪਹਿਲਾਂ ਜਾ ਕੇ ਉਹਨਾਂ ਨੇ ਬਾਬਾ ਗੁਰਮੁਖ ਸਿੰਘ ਦੇ ਕੋਲ ਕਾਰ ਸੇਵਾ ਕੀਤੀ 20 ਦਿਨ।
20 ਦਿਨ ਕਾਰ ਸੇਵਾ ਕਰਨ ਤੋਂ ਬਾਅਦ ਫਿਰ ਮਨ ਲੱਗਿਆ ਕਿ ਸੇਵਾ ਦੇ ਵਿੱਚ ਜੀਵਨ ਅਰਪਿਤ ਕਰੀਏ ਅਤੇ ਲਗਾਤਾਰ ਆ ਕੇ ਬਾਬਾ ਗੁਰਮੁਖ ਸਿੰਘ ਕੋਲ ਉਹਨਾਂ ਨੇ ਸੇਵਾ ਕਮਾਈ ਅਤੇ ਗੁਰਮੁਖ ਸਿੰਘ ਨੇ ਸਹਿਜ ਸੁਭਾਅ ਇੱਕ ਵਾਰੀ ਕਿਹਾ, ਆ ਬਈ ਤੂੰ ਹਰੀ ਕੀ ਬੰਸ ਵਿੱਚੋਂ ਹੈ ਅਤੇ ਨਾਮ ਹਰਬੰਸ ਸਿੰਘ, ਫਿਰ ਉੱਥੋਂ ਪਿਆ। ਇਹ ਨਾਮ ਕਾਰ ਸੇਵਾ ਵਾਲੇ ਬਾਬਾ ਗੁਰਮੁਖ ਸਿੰਘ ਨੇ ਦਿੱਤਾ। ਫਿਰ ਹੋਰ ਵੀ ਬੜੇ ਸੀ, ਕਿਉਂਕਿ 1948 ਤੱਕ, ਜਦ ਤੱਕ ਬਾਬਾ ਗੁਰਮੁਖ ਸਿੰਘ ਨੇ ਆਪਣੀ ਸਰੀਰੀ ਹਾਲਤ ਵਿੱਚ ਸੇਵਾ ਕੀਤੀ, ਸੇਵਾ ਕਮਾਈ, ਉਸ ਤੋਂ ਬਾਅਦ ਬੜੇ ਹੋਰ ਸੇਵਾਦਾਰ ਜਿਹੜੇ ਉਹਨਾਂ ਦੇ ਨਾਲ ਵਿਚਰਦੇ ਸੀ, ਹਜ਼ਾਰਾ ਸਿੰਘ, ਸਰਦਾਰ ਦਲੀਪ ਸਿੰਘ, ਜੀਵਨ ਸਿੰਘ, ਇਹਨਾਂ ਨਾਲ ਹੀ ਬਾਬਾ ਹਰਬੰਸ ਸਿੰਘ ਜੀ, ਅਤੇ ਇਹਨਾਂ ਨੂੰ ਵੱਖ ਵੱਖ ਥਾਵਾਂ ਦੀ ਸੇਵਾ ਮਿਲ ਗਈ। ਅਤੇ ਸਭ ਤੋਂ ਪਹਿਲਾਂ ਜਿਹੜੀ ਸੇਵਾ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਸਥਾਨ ਖਡੂਰ ਸਾਹਿਬ ਦੀ ਮਿਲੀ, ਉਹ ਬਾਬਾ ਹਰਬੰਸ ਸਿੰਘ ਜੀ ਨੂੰ ਮਿਲੀ। 1948 ਤੋਂ ਬਾਅਦ ਖਡੂਰ ਸਾਹਿਬ ਦੀ ਸੇਵਾ ਇਹਨਾਂ ਨੇ ਸੰਭਾਲੀ, ਅਤੇ ਇਕੱਲੇ ਗੁਰਦੁਆਰਿਆਂ ਦੀ ਸੇਵਾ ਨਹੀਂ, ਉੱਥੇ ਰੁੱਖ ਲਾਉਣ ਦੀ ਸੇਵਾ, ਉੱਥੇ ਬਨਸਪਤੀ ਦੀ ਸੇਵਾ, ਸਕੂਲ ਦੀ, ਕਾਲਜ ਦੀ, ਕੁੜੀਆਂ ਦਾ ਕਾਲਜ, ਹੋਰ ਇਹ ਸੇਵਾਵਾਂ ਖਡੂਰ ਸਾਹਿਬ ਕੀਤੀ। ਖਡੂਰ ਸਾਹਿਬ ਦੀ ਸੇਵਾ ਤੋਂ ਬਾਅਦ ਬਾਬਾ ਜੀ ਨੇ ਕੁਰੂਕਸ਼ੇਤਰ ਆ ਕੇ ਸਰੋਵਰ ਬਣਵਾਇਆ, ਅਤੇ ਜਦ ਉੱਥੇ ਸਰੋਵਰ ਦੀ ਸੇਵਾ ਕਰਾਈ ਤਾਂ ਉਸ ਵੇਲੇ ਕੁਝ ਲੋਕ ਸਨ, ਉਹ ਕਹਿੰਦੇ ਕਿ ਇਹ ਕਿੱਥੇ ਆ ਕੇ ਕਬਜ਼ਾ ਹੀ ਨਾ ਕਰ ਲੈਣ, ਸਿੱਖ ਆ ਗਏ ਨੇ। ਉਹ ਸਰੋਵਰ ਦੀ ਥੋੜ੍ਹੀ ਸੇਵਾ ਕਰਕੇ ਫਿਰ ਬਾਬਾ ਜੀ ਅੱਗੇ ਤੁਰ ਪਏ ਹਰਿਆਣਾ ਵਾਲੇ ਪਾਸੇ। ਉੱਥੇ ਉਹਨਾਂ ਨੇ ਕੁਝ ਸਮਾਂ ਸੇਵਾ ਕੀਤੀ, ਕੁਝ ਸਮਾਂ ਸੇਵਾ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਗੰਗਸਰ ਜੈਤੋ ਜਿਸ ਥਾਂ 'ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਨੇ, ਅਤੇ ਜਿਸ ਥਾਂ 'ਤੇ ਇੱਕ ਬਹੁਤ ਵੱਡਾ ਮੋਰਚਾ ਲੱਗਿਆ, ਜਿੱਥੇ ਸੈਂਕੜੇ ਸਿੱਖਾਂ ਦੀ ਸ਼ਹਾਦਤ ਹੋਈ ਹੈ, ਜਿਸ ਸਥਾਨ ਨੂੰ ਮਸੰਦਾਂ ਤੋਂ ਆਜ਼ਾਦ ਕਰਾਉਣ ਵਾਸਤੇ ਸਿੰਘਾਂ ਨੇ ਸ਼ਹਾਦਤ ਦਿੱਤੀ ਅੰਗਰੇਜ਼ਾਂ ਦੇ ਸਮੇਂ। ਗੰਗਸਰ ਜੈਤੋਂ, ਇਹ ਗੰਗਸਰ ਜੈਤੋਂ ਦਾ ਇਤਿਹਾਸ ਇਵੇਂ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉੱਥੇ ਆ ਕੇ ਟਿਕੇ ਸਨ, ਜਦ ਇਹ ਸਾਰਾ, ਕਿਉਂਕਿ ਸਤਿਗੁਰੂ ਜੀ ਦਾ ਇਹ ਸਾਰਾ ਸਫ਼ਰ ਮਾਛੀਵਾੜੇ ਤੋਂ ਹੋ ਕੇ ਮੁਕਤਸਰ ਸਾਹਿਬ ਸਖਤ ਤੱਕ ਦਾ, ਅਤੇ ਗੰਗਸਰ ਜੈਤੋਂ ਬੈਠੇ ਸੀ, ਅਤੇ ਇੱਕ ਬੜਾ ਬਜ਼ੁਰਗ ਸਾਧੂ ਉੱਥੇ ਆਇਆ ਅਤੇ ਦੇਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੇਜ ਪ੍ਰਤਾਪ ਬੜਾ ਵੱਡਾ, ਬੜਾ ਅਸਹਿ ਅਤੇ ਅਕਹਿ ਦੇਖਿਆ ਨਹੀਂ ਜਾਂਦਾ, ਪਰ ਮਨ 'ਚ ਸ਼ੰਕਾ ਆਈ ਕਿ ਉਮਰ ਕਿੰਨੀ ਹੈ। ਮਹਾਰਾਜ ਜੀ ਦੀ ਉਮਰ 38-39 ਸਾਲ ਸੀ ਸਰੀਰਕ, ਮੈਂ ਇਹਦੇ ਪੈਰਾਂ 'ਚ ਕਿਵੇਂ ਝੁੱਕ ਜਾਂ। ਪਰ ਤੇਜ ਪ੍ਰਤਾਪ, ਮਹਾਰਾਜ ਕਹਿੰਦੇ ਸਾਧੂ ਜੀ ਜਾਓ ਪਹਿਲਾਂ ਅੰਦਰ ਦੀ ਅੱਗ ਬੁਝਾਓ ਅਤੇ ਪਿੰਡੇ 'ਚ ਪਾਣੀ ਪਾਓ, ਅਤੇ ਉੱਥੇ ਨਾਲ ਹੀ ਛੱਪੜ ਚੁੱਭੀ ਲਾਈ ਅਤੇ ਪੈਰ ਦੇ ਵਿੱਚ ਗੜਵਾ ਵਜਿਆ, ਅਤੇ ਦੇਖਿਆ ਉਹ ਗੜਵਾ ਕਿਹੜਾ ਸੀ, ਜਿਸ ਬਾਬੇ ਦਾ ਗੜਵਾ ਗੰਗਾ ਵਿੱਚ ਡੁੱਬ ਗਿਆ ਸੀ ਉਹੀ ਗੜਵਾ ਉਹਦੇ ਪੈਰਾਂ 'ਚ ਵਜਿਆ। ਇਹ ਉੱਥੋਂ ਫਿਰ ਗੰਗਸਰ ਜੈਤੋਂ ਦਾ ਇਤਿਹਾਸ ਸ਼ੁਰੂ ਹੋਇਆ। ਉੱਥੋਂ ਫਿਰ ਕਿਹਾ ਇਹ ਤਾਂ ਗੰਗਾ ਹੀ ਆ, ਉਹ ਸਾਧੂ ਨੇ ਕਿਹਾ ਇਹ ਤਾਂ ਗੰਗਾ ਹੈ। ਮਹਾਰਾਜ ਕਹਿੰਦੇ ਗੰਗਾ ਜਲ ਗੁਰੂ ਗੋਬਿੰਦ ਨਾਮ, ਜਿੱਥੇ ਨਾਮ ਜਪਣ ਵਾਲੇ ਜੁੜ ਜਾਣ, ਜਿੱਥੇ ਬੰਦਗੀ ਕਰਨ ਵਾਲੇ ਬਹਿ ਜਾਣ, ਜਿੱਥੇ ਬੰਦਗੀ ਕਰਨ ਵਾਲਿਆਂ ਦੇ ਚਰਨ ਪੈ ਜਾਣ, ਉਹ ਸੱਚੀ ਗੱਲ ਹੈ, ਉੱਥੇ ਗੰਗਾ ਜਲ ਹੀ ਵਰਤਦਾ। ਇਹ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉੱਥੇ ਕੀਤੇ ਅਤੇ ਉਸ ਧਰਤੀ ਦਾ ਨਾਮ ਗੰਗਸਰ ਪੈ ਗਿਆ ਜੀ। ਮਹਾਰਾਜ ਜੀ ਨੇ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਤੁਸੀਂ ਇਹ ਬਚਨ ਬਾਣੀ ਵਿੱਚੋਂ ਪੜ੍ਹਦੇ ਹੋ, ਗੰਗਾ ਜਲ ਗੁਰੂ ਗੋਬਿੰਦ ਨਾਮ। ਗੰਗਸਰ ਜੈਤੋਂ ਦੀ ਸੇਵਾ ਤੋਂ ਬਾਅਦ ਪਤਾ ਲੱਗਿਆ ਜੀ ਅੰਮ੍ਰਿਤਸਰ ਸਾਹਿਬ ਦੇ 5 ਜਿਹੜੇ ਸਰੋਵਰ ਸਨ, ਇਹ ਸ਼ਹਿਰ ਤੋਂ ਨੀਵੇਂ ਥਾਂ 'ਤੇ ਪੈਂਦੇ ਸੀ, ਅਤੇ ਕਈ ਵਾਰੀ ਜਦ ਮੀਂਹ ਪੈਂਦਾ ਸੀ ਅਤੇ ਸ਼ਹਿਰ ਦਾ ਜਿੰਨਾ ਕੂੜਾ ਸੀ, ਉਹ ਜਿੰਨੀ ਗੰਦਗੀ ਸੀ, ਕਈ ਵਾਰੀ ਉਹ ਸਰੋਵਰਾਂ 'ਤੇ ਆ ਕੇ ਪੈ ਜਾਂਦੀ ਸੀ। ਫਿਰ ਬਾਬਾ ਹਰਬੰਸ ਸਿੰਘ ਨੇ ਸਾਰੀ ਸੇਵਾਵਾਂ ਤੋਂ ਸੰਕੋਚ ਕੇ ਪਹਿਲੀ ਸੇਵਾ ਜਿਹੜੀ ਕਰਨੀ ਚਾਹੀ, ਇਹ 5 ਸਰੋਵਰਾਂ ਦੀ ਸੇਵਾ ਕੀਤੀ। ਪਹਿਲੀ ਸੇਵਾ ਸੰਤੋਖ ਸਰ ਦੀ ਕੀਤੀ, ਦੂਜੀ ਵਿਵੇਕ ਸਰ ਦੀ ਕੀਤੀ, ਤੀਜੀ ਰਾਮ ਸਰ ਦੀ ਕੀਤੀ, ਫਿਰ ਕੌਲ ਸਰ ਦੀ ਸੇਵਾ ਕੀਤੀ, ਫਿਰ ਸੇਵਾ ਅੰਮ੍ਰਿਤਸਰ ਸਰੋਵਰ ਦੀ ਕੀਤੀ। ਇਹ ਸਾਰੀਆਂ ਸੇਵਾਵਾਂ, ਇਹ ਸਰੋਵਰ ਜਿਹੜੇ ਅੱਜ ਦਾ ਰੂਪ ਅਸੀਂ ਦੇਖਦੇ ਹਾਂ ਨਾ, ਇਹ ਜਿਹੜੇ ਉੱਚੇ ਨੇ ਨਾਲ ਥੜੇ ਨੇ, ਇਹ ਸਾਰੀ ਸੇਵਾ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਕੀਤੀ ਨਹੀਂ।
ਇਹ ਸਰੋਵਰਾਂ ਦੀ ਸੇਵਾ ਤੋਂ ਬਾਅਦ ਫਿਰ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਹਜ਼ੂਰ ਸਾਹਿਬ ਸੰਗਤਾਂ ਬਹੁਤ ਆਉਂਦੀਆਂ ਨੇ ਤੇ ਹਜ਼ੂਰ ਸਾਹਿਬ ਸੰਗਤਾਂ ਆਉਂਦੀਆਂ ਨੇ, ਪੁੱਲ ਉੱਥੇ ਹੈ ਨਹੀਂ ਤੇ ਗੋਦਾਵਰੀ ਟੱਪਣੀ ਬੜੀ ਔਖੀ ਹੁੰਦੀ ਹੈ। ਉਸ ਵੇਲੇ ਨਾਲ ਬਾਬਾ ਹਜ਼ਾਰਾ ਸਿੰਘ ਸੀ, ਬਾਬਾ ਦਲੀਪ ਸਿੰਘ ਸੀ। ਉਸ ਵੇਲੇ ਬਾਬਾ ਹਰਬੰਸ ਸਿੰਘ ਨੇ ਉਹਨਾਂ ਨੂੰ ਉੱਥੇ ਭੇਜਿਆ ਤੇ ਉੱਥੇ ਜਿਹੜੀ ਪੁੱਲ ਦੀ ਸੇਵਾ ਕਰਵਾਈ, ਜਿਹੜਾ ਉੱਥੇ ਪੁੱਲ ਬਣਿਆ, ਜਿਹੜਾ ਉੱਥੇ ਥਾਂ ਬਣਿਆ ਗੋਦਾਵਰੀ ਤੇ, ਇਹ ਵੀ ਸੇਵਾ ਬਾਬਾ ਹਰਬੰਸ ਸਿੰਘ ਜੀ ਨੇ ਆਪਣੀ ਹੱਥੀਂ ਕਰਵਾਈ। ਫਿਰ ਉਸ ਤੋਂ ਬਾਅਦ ਸ਼ਿਕਾਰ ਘਾਟ ਦੀ ਸੇਵਾ, ਉੱਥੇ ਥਾਂ ਛੋਟਾ ਸੀ, ਉਹ ਥਾਂ ਬਹੁਤ ਵੱਡਾ ਕੀਤਾ ਲਿਆ ਗਿਆ। ਹੋਰ ਉੱਥੇ ਨਾਲ ਤਕਰੀਬਨ 18 ਸਥਾਨ ਜਿਹੜੇ ਸਨ, ਉਹਨਾਂ ਸਾਰੇ ਸਥਾਨਾਂ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਨੇ ਫਿਰ ਕਾਰ ਸੇਵਾ ਵਾਲਿਆਂ ਨੇ ਕਰਾਈ। ਔਰ ਉਸੀ ਸਮੇਂ ਦੇ ਵਿੱਚ ਨਾਲ ਯੂਪੀ ਦੇ, ਕਿਉਂਕਿ ਟਾਂਡੇ ਦੇ ਗੁਰਦੁਆਰੇ ਦੀ ਸੇਵਾ, ਟਾਂਡਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ, ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਵੇਚਿਆ ਸੀ, ਆਪ ਵਿਕ ਗਏ ਸੀ। ਇਹ ਉੱਤਰਾਖੰਡ ਦਾ ਉਹ ਥਾਂ ਹੈ ਜਿੱਥੇ ਛੋਟੇ ਬੱਚਿਆਂ ਨੂੰ, ਕੁੜੀਆਂ ਨੂੰ, ਬੱਚਿਆਂ ਨੂੰ ਲੋਕ ਵੇਚ ਆਉਂਦੇ ਸੀ। ਉੱਥੇ ਮੰਡੀ ਲੱਗਦੀ ਸੀ ਨੌਕਰਾਂ ਦੀ, ਕਿ ਨੌਕਰ ਚਾਕਰ ਵਿਕਦੇ ਨੇ ਇੱਥੇ ਆ ਕੇ, ਅਤੇ ਲੋਕ ਕਈ ਵਾਰੀ ਬੱਚਿਆਂ ਨੂੰ ਚੱਕ ਕੇ, ਕਈ ਵਾਰੀ ਕਿਡਨੈਪ ਕਰਕੇ ਅਤੇ ਉਸ ਮੰਡੀ 'ਚ ਵੇਚਦੇ ਸਨ। ਅਤੇ ਸਜਦ ਸਤਿਗੁਰੂ ਜੀ ਨੂੰ ਇਹ ਪਤਾ ਲੱਗਿਆ ਇਹ ਮੰਡੀ ਇੱਥੇ ਹੋਣੀ ਨਹੀਂ ਚਾਹੀਦੀ, ਇਹ ਤਾਂ ਗਲਤ ਹੈ, ਇਹ ਤਾਂ ਕੰਮ ਨਹੀਂ ਹੋਣਾ ਚਾਹੀਦਾ। ਜੇ ਇੱਥੇ ਕੋਈ ਪੈਸਿਆਂ ਦੀ ਮਜਬੂਰੀ ਕਰਕੇ ਬੱਚਾ ਵੇਚਦਾ ਆਪਣਾ ਨੌਕਰ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਉੱਥੇ ਆਪਣੇ ਆਪ ਨੂੰ ਬਤੌਰ ਨੌਕਰ ਬਣ ਕੇ ਵੇਚਿਆ। ਇੱਕ ਵਾਰੀ ਨਹੀਂ, ਦੋ ਵਾਰੀ ਵੇਚਿਆ। ਇਹ ਉਸ ਥਾਂ ਦਾ ਇਤਿਹਾਸ ਬੋਲਦਾ, ਜਨਮ ਸਾਖੀਆਂ 'ਚ ਉਹਦਾ ਜ਼ਿਕਰ ਹੈ। ਟਾਂਡਾ ਉਹ ਇਲਾਕਾ ਗੁਰੂ ਨਾਨਕ ਸਾਹਿਬ ਜੀ ਨੇ ਜਦ ਆਪਣੇ ਆਪ ਨੂੰ ਵੇਚਿਆ, ਜਦ ਜਿਹੜਾ ਉਹਨਾਂ ਗੁਰੂ ਨਾਨਕ ਸਾਹਿਬ ਨੂੰ ਖਰੀਦ ਕੇ ਲੈ ਕੇ ਗਿਆ, ਮਹਾਰਾਜ ਨੇ ਫਿਰ ਉਹਦੇ ਦਿਮਾਗ ਵਿੱਚ, ਉਹਦੀ ਮਤ ਵਿੱਚ ਗੱਲ ਪਾਈ ਕਿ ਜਦ ਇਹ ਕਰਤਾਰ ਦੀ ਸਾਰੀ ਜੋਤ ਹੈ, ਇਹ ਸਭ ਜੋਤ ਤੇਰੀ ਜਗਜੀਵਨਾ ਤੂੰ ਘੱਟ ਘੱਟ ਹਰ ਰੰਗ ਰੰਗਣਾ, ਗੁਰੂ ਰਾਮਦਾਸ ਦਾ ਬਚਨ ਚੇਤੇ ਕਰੀਏ, ਜਾਂ ਗੁਰੂ ਨਾਨਕ ਸਾਹਿਬ ਸਭ ਮਹਿ ਜੋਤ, ਜੋਤ ਹੈ ਸੋਏ। ਫਿਰ ਸਤਿਗੁਰੂ ਜੀ ਨੇ ਉੱਥੇ ਗੁਲਾਮੀ ਦੀਆਂ ਬੇੜੀਆਂ ਕੱਟੀਆਂ ਟਾਂਡੇ ਦੇ ਵਿੱਚ, ਸਤਿਗੁਰੂ ਜੀ ਨੇ ਉਹ ਬਾਜ਼ਾਰ ਚੱਕਵਾਇਆ, ਉੱਥੇ ਲੋਕਾਂ ਨੂੰ ਚਾਨਣ ਦਿੱਤਾ, ਉੱਥੇ ਇਸ ਅਗਿਆਨਤਾ ਦੇ ਹਨੇਰੇ ਨੂੰ ਹਨੇਰੇ ਤੋਂ ਕੱਢ ਕੇ, ਅੱਜ ਅਸੀਂ ਚਾਈਲਡ ਲੇਬਰ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਚਾਈਲਡ ਲੇਬਰ ਦੀ ਆਵਾਜ਼ ਟਾਂਡੇ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਨੇ ਚੱਕੀ। ਇਹ ਉੱਥੇ ਦਾ ਇਤਿਹਾਸ ਹੈ ਕਿ ਬੱਚਿਆਂ ਨੂੰ ਵਿੱਦਿਆ ਪੜ੍ਹਾਓ, ਬੱਚਿਆਂ ਨੂੰ ਚਟਸਾਲ ਦੇ ਵਿੱਚ ਪੜ੍ਹਾਓ, ਬੱਚਿਆਂ ਨੂੰ ਚਾਟਿਆਂ ਕੋਲ ਭੇਜੋ। ਬੱਚਿਆਂ ਦੀ ਉਮਰ ਨਹੀਂ ਕੰਮ ਕਰਨ ਦੀ, ਬੱਚਿਆਂ ਦੀ ਉਮਰ ਹੈ ਉਹਦੇ ਦਿਮਾਗ ਨੂੰ ਵਿਕਸਿਤ ਕਰਨ ਦੀ, ਅਤੇ ਫਿਰ ਸੰਸਾਰ ਦਾ ਅਤੇ ਮਨੁੱਖਤਾ ਦਾ ਭਲਾ ਕਰਨ ਦੀ। ਫਿਰ ਇਹ ਟਾਂਡੇ ਦੀ ਸੇਵਾ, ਹੋਰ ਜਿੰਨੇ ਲਾਗੇ ਛਾਗੇ ਗੁਰਦੁਆਰੇ ਸਨ ਉਹਨਾਂ ਦੀ ਸੇਵਾ ਸੰਭਾਲ ਕੀਤੀ। ਅਤੇ ਉਸ ਵੇਲੇ ਸੋਢੀ ਸਾਹਿਬ ਹੁੰਦੇ ਸੀ ਦਿੱਲੀ, ਜਿਨ੍ਹਾਂ ਦੀ ਕਾਰ ਸੇਵਾ ਬਾਬਿਆਂ ਦੇ ਨਾਲ ਵੀ ਗੱਲਬਾਤ ਸੀ, ਅਤੇ ਉਸ ਵੇਲੇ ਪਤਾ ਲੱਗਿਆ ਕਿ ਦਿੱਲੀ ਦਾ ਸਰੋਵਰ ਇਹ 1976 ਦੀ 75-76 ਦੀ ਘਟਨਾ ਹੈ, ਅਤੇ ਕੁਝ 45-46 ਲੱਖ ਦੇ ਠੇਕੇ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦਾ ਸਰੋਵਰ ਠੇਕੇ 'ਤੇ ਦੇ ਦਿੱਤਾ ਸੀ। ਜਦ ਸਿੱਖ ਸੰਗਤਾਂ ਨੂੰ ਇਹ ਪਤਾ ਲੱਗਿਆ 1976 ਦੇ ਵਿੱਚ ਕਿ ਬੰਗਲਾ ਸਾਹਿਬ ਦਾ ਸਰੋਵਰ ਉਹਦੀ ਸੇਵਾ ਠੇਕੇ 'ਤੇ ਬਾਹਰ ਕਿਸੇ ਠੇਕੇਦਾਰ ਨੂੰ ਦੇ ਦਿੱਤੀ ਹੈ, ਅਤੇ ਸਿੱਖਾਂ ਨੇ ਬੜਾ ਵਿਰੋਧ ਕੀਤਾ ਉਸ ਵਿੱਚ ਕਿ ਬਈ ਗੁਰੂ ਘਰ ਦਾ ਸਰੋਵਰ ਹੋਏ ਅਤੇ ਸੇਵਾ ਠੇਕੇ 'ਤੇ ਦਿੱਤੀ ਜਾਏ। ਅਤੇ ਉਸ ਵੇਲੇ ਫਿਰ ਇਹ ਸਾਰੇ ਭਾਵੇਂ ਜਥੇਦਾਰ ਸੰਤੋਖ ਸਿੰਘ ਵੀ, ਇਹ ਸੋਢੀ ਸਾਹਿਬ ਸਨ, ਇਹਨਾਂ ਨੇ ਫਿਰ ਕਾਰ ਸੇਵਾ ਵਾਲੇ ਬਾਬਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਬੰਗਲਾ ਸਾਹਿਬ ਦੀ ਸੇਵਾ ਕਰਨੀ ਹੈ ਕਾਰ ਸੇਵਾ। ਉਸ ਵੇਲੇ ਫਿਰ 6 ਜੂਨ 1976 ਦੇ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਬਾਬਾ ਹਰਬੰਸ ਸਿੰਘ ਦਾ ਨਾਮ ਕਦੀ ਟਾਂਡੇ ਵਾਲੇ ਵੱਜਦਾ ਰਿਹਾ, ਕਦੀ ਹਜ਼ੂਰ ਸਾਹਿਬ ਵਾਲੇ ਉਹਨਾਂ ਨੂੰ ਆਖਦੇ ਰਹੇ, ਕਦੀ ਗੰਗਸਰ ਜੈਤੋਂ ਵੀ ਆਖਦੇ ਰਹੇ ਨੇ ਉਹਨਾਂ ਦੇ ਨਾਮ ਨਾਲ, ਪਰ ਜਦ ਉਹ 1976 ਦੇ ਵਿੱਚ ਦਿੱਲੀ ਬੰਗਲਾ ਸਾਹਿਬ ਦੀ ਸੇਵਾ ਸ਼ੁਰੂ ਕੀਤੀ,
1976 ਤੋਂ ਲੈ ਕੇ ਹੁਣ ਤੱਕ ਤੇ ਰਹਿੰਦੀ ਧਰਤੀ ਤੱਕ ਉਹਨਾਂ ਦੇ ਨਾਮ ਨਾਲ ਕਾਰ ਸੇਵਾ ਦਿੱਲੀ ਵਾਲੀ ਵੱਜਦਾ, ਕਿਉਂਕਿ 2011 ਤੱਕ ਉਹਨਾਂ ਨੇ ਆਪਣੀ ਸਰੀਰੀ ਹਾਥੀ ਵਿੱਚ ਸੇਵਾ ਸੰਭਾਲੀ ਹੈ। ਜੇ ਲਿਸਟ ਗਿਣੀ ਜਾਏ ਤੇ ਇਹ ਪੂਰੀ ਵੀ ਨਹੀਂ ਕੀਤੀ ਜਾ ਸਕਦੀ ਕਿ ਕਿਹੜੇ ਕਿਹੜੇ ਗੁਰਦੁਆਰੇ ਦੀ। ਫਿਰ ਜਦ ਦਿੱਲੀ ਕਾਰ ਸੇਵਾ ਸ਼ੁਰੂ ਹੋਈ ਬੰਗਲਾ ਸਾਹਿਬ ਦੀ ਸਰੋਵਰ ਦੀ, ਫਿਰ ਇਹ ਸੇਵਾ ਬਾਬਾ ਹਰਬੰਸ ਸਿੰਘ ਜੀ ਨੇ 1976 6 ਜੂਨ 'ਚ ਸ਼ੁਰੂ ਕੀਤੀ। ਫਿਰ ਇਸ ਤੋਂ ਬਾਅਦ ਜਿਹੜੇ ਮਾਲਵੇ ਦੇ ਇਲਾਕੇ ਦੇ ਗੁਰਦੁਆਰੇ ਸਨ ਜਿਨ੍ਹਾਂ ਵੱਲ ਕਦੀ ਮੂੰਹ ਹੀ ਨਹੀਂ ਹੋਇਆ, ਜਿਨ੍ਹਾਂ ਦੇ ਸੁਧਾਰ ਵਾਸਤੇ, ਕਿਉਂਕਿ ਮਾਛੀਵਾੜੇ ਤੋਂ ਲੈ ਕੇ ਜਿੰਨਾ ਅੱਗੇ ਜਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਫ਼ਰ ਕੀਤਾ ਹੈ, ਮਾਛੀਵਾੜੇ ਤੋਂ ਹੋ ਕੇ ਫਿਰ ਅੱਗੇ ਸਤਿਗੁਰ ਜੀ ਗੁਲਾਬੇ ਪੰਜਾਬੇ, ਗੁਲਾਬੇ ਪੰਜਾਬੇ ਤੋਂ ਬਾਅਦ ਗਨੀ ਖਾਨ ਨਬੀ ਖਾਨ, ਅੱਗੇ ਦੀਨਾ ਕਾਂਗੜ, ਦੀਨਾ ਕਾਂਗੜ ਤੋਂ ਸਤਿਗੁਰੂ ਜੀ ਬਠਿੰਡੇ ਤੱਕ, ਸਾਬੋ ਕੀ ਤਲਵੰਡੀ ਤੱਕ ਜਿੰਨੇ ਸਨ ਉੱਥੇ ਸੈਂਕੜੇ ਗੁਰਦੁਆਰਿਆਂ ਦੀ ਸੇਵਾ ਫਿਰ ਉਸ ਵੇਲੇ ਬਾਬਾ ਕਾਰ ਸੇਵਾ ਹਰਬੰਸ ਸਿੰਘ ਜੀ ਹੋਰਾਂ ਨੇ ਕਰਵਾਈ। ਤਕਰੀਬਨ ਆਪਣੀ ਹਯਾਤੀ ਦੇ ਵਿੱਚ 250 ਤੋਂ ਵੱਧ ਗੁਰਦੁਆਰੇ ਔਰ 100 ਤੋਂ ਵੱਧ ਸੜਕਾਂ ਪਿੰਡਾਂ ਦੀਆਂ, ਜਿਨ੍ਹਾਂ ਪਿੰਡਾਂ ਦੇ ਵਿੱਚ ਕੱਚੀਆਂ ਗਲੀਆਂ ਜਾਂਦੀਆਂ ਸਨ, ਜਿਨ੍ਹਾਂ ਗਰਾਂ ਦੇ ਵਿੱਚ ਕੱਚੇ ਰਸਤੇ ਸਨ, ਉਹਨਾਂ ਥਾਵਾਂ 'ਤੇ ਵੀ ਪੱਕੀਆਂ ਸੜਕਾਂ ਦੀਆਂ ਸੇਵਾਵਾਂ ਬਾਬਾ ਜੀ ਨੇ ਆਪਣੀ ਹਯਾਤੀ ਦੇ ਵਿੱਚ ਕਰਵਾਈਆਂ। ਇਹ ਸੇਵਾਵਾਂ 250 ਤੋਂ ਵੱਧ ਗੁਰਦੁਆਰੇ। ਇਸ ਕਰਕੇ ਮੈਂ ਪਹਿਲਾਂ ਬੇਨਤੀ ਕੀਤੀ ਕਿ ਸ਼ੰਕਾ ਇਸ ਲਈ ਕਰੋ ਕਿਉਂਕਿ ਜਦ ਤੁਸੀਂ ਇਤਿਹਾਸ ਨਾ ਪੜ੍ਹਿਆ ਹੋ, ਜੇ ਜਾਣਦੇ ਨਾ ਹੋਵੋ, ਜਦ ਜਾਣਦੇ ਹੋਵੋ ਅਤੇ ਕਈਆਂ ਦਾ ਜੀਵਨ ਤਬਦੀਲ ਕੀਤਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੇ, ਔਰ ਇੰਨਾ ਸਾਦਾ ਜੀਵਨ, ਕਿਸੇ ਇੱਕ ਥਾਂ 'ਤੇ ਵੀ ਆਪਣਾ ਨਾਮ ਨਹੀਂ ਆਉਣ ਦਿੱਤਾ। ਸੇਵਾ 250 ਤੋਂ ਵੱਧ ਗੁਰਦੁਆਰਿਆਂ ਦੀ ਕਰਾਈ, ਗੁਰਧਾਮਾਂ ਦੀ ਕਰਾਈ, ਇੱਕ ਥਾਂ 'ਤੇ ਵੀ ਨਾਮ ਆਪਣਾ ਨਹੀਂ ਆਉਣ ਦਿੱਤਾ। ਨਾਮ ਸਿਰਫ ਗੁਰੂ ਨਾਨਕ ਸਾਹਿਬ ਜੀ ਦਾ, ਨਾਮ ਸਿਰਫ ਵਾਹਿਦ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ, ਉਸ ਤੋਂ ਬਿਨਾਂ ਕੋਈ ਨਹੀਂ, ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਇਹ ਭਾਵਨਾ ਸੀ, ਇਹ ਸੇਵਾ ਸੀ। ਫਿਰ ਉਸ ਵੇਲੇ ਚਮਕੌਰ ਸਾਹਿਬ ਦੀ ਸੇਵਾ ਇਹ ਕਰਾਈ ਹੈ ਬਾਬਾ ਜੀ ਨੇ, ਸਰਹੰਦ ਦੀ ਸੇਵਾਵਾਂ, ਕਿਉਂਕਿ ਸਰਹੰਦ ਦੇ ਵਿੱਚ ਉਸ ਵੇਲੇ ਇਹ ਤੂਫਾਨ ਆਇਆ। ਇਹ ਘਟਨਾ ਤਕਰੀਬਨ ਜਦ ਅਕਾਲੀਆਂ ਦੀ ਸਰਕਾਰ ਔਰ ਉਸ ਵੇਲੇ BJP ਆ ਗਈ ਸੀ, ਇਹ ਸਮਾਂ ਜਦ ਸੀ ਉਸ ਵੇਲੇ 80-82 ਦੇ ਲਾਗੇ, ਉਸ ਵੇਲੇ ਬੜਾ ਭਾਰੀ ਤੂਫਾਨ ਆਇਆ ਜੀ। ਮੇਲਾ ਲੱਗਿਆ ਹੋਇਆ ਸੀ, ਜੋੜ ਮੇਲਾ, ਉਸ ਵੇਲੇ ਤੰਬੂ ਕਨਾਤਾਂ ਸਾਰੀਆਂ ਉੜ ਗਈਆਂ ਅਤੇ ਉਸ ਵੇਲੇ ਉਸ ਸਮੇਂ ਵਿਸ਼ਵ ਦਾ ਸਭ ਤੋਂ ਵੱਡਾ ਜਿਹੜਾ ਪੰਡਾਲ ਬਣਾਇਆ ਸੀ ਉਹ ਬਾਬਾ ਜੀ ਨੇ ਬਣਵਾਇਆ ਸੀ ਫਤਿਹਗੜ੍ਹ ਸਾਹਿਬ ਵਿਖੇ, ਸਭ ਤੋਂ ਵੱਡਾ, ਅਤੇ ਉੱਥੇ ਸਰਾਂ ਬਣਾਈ ਸੀ ਜਿਹੜੀ ਸਭ ਤੋਂ ਭਾਰੀ। ਅੱਜ ਵੀ ਉਹੀ ਸਥਾਨ ਜਿੱਥੇ ਵੱਡੇ ਵੱਡੇ ਸਮਾਗਮ ਹੁੰਦੇ ਨੇ, ਉਹ ਸਥਾਨ ਬਾਬਾ ਹਰਬੰਸ ਸਿੰਘ ਜੀ ਵੱਲੋਂ ਬਣਾਇਆ ਹੋਇਆ ਫਤਿਹਗੜ੍ਹ ਸਾਹਿਬ ਦਾ। ਚਮਕੌਰ ਸਾਹਿਬ ਦੀ ਸੇਵਾ ਉਹਨਾਂ ਨੇ ਅੱਗੇ ਕਈ ਥਾਵਾਂ ਦੀ ਸੇਵਾ ਬਾਬਾ ਜੀ ਨੇ ਆਪਣੀ ਹੱਥੀਂ ਕੀਤੀ। ਫਿਰ ਉਸ ਤੋਂ ਬਾਅਦ 2011 ਤੱਕ ਇਹ ਸੇਵਾਵਾਂ ਬਾਬਾ ਹਰਬੰਸ ਸਿੰਘ ਜੀ, ਕਿਉਂਕਿ ਬਾਣੀ ਦਾ ਦੇਖੋ ਬਚਨ ਅਸੀਂ ਕਿਵੇਂ ਭੁੱਲ ਸਕਦੇ ਹਾਂ। ਸਤਿਗੁਰੂ ਜੀ ਕਹਿੰਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਤਰਾਇਆ। ਤਰਾਉਣ ਵਾਲੀ ਗੱਲ ਕੀ ਹੈ, ਇੱਕ ਹਲੇਮੀ ਸਿੱਖੀਏ ਬਾਬਾ ਜੀ ਦੇ ਜੀਵਨ ਵਿੱਚੋਂ, ਨਾ ਕਦੀ ਮੱਥਾ ਟੇਕਣ ਦੇਣਾ ਅਤੇ ਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਮੱਥਾ ਟੇਕਣ ਦਾ ਉਪਦੇਸ਼ ਦੇਣਾ। ਅਤੇ ਜਿੱਥੇ ਭੁੰਜੇ ਬੈਠੇ ਆ ਅਤੇ ਫਿਰ ਭੁੰਜੇ ਹੀ ਬਹਿ ਜਾਣ, ਅਤੇ ਫਿਰ ਜਿਹੜੇ ਬਚਨ ਕਰਨੇ ਬਚਨ ਦੂਰ ਅੰਦੇਸ਼ੀ ਵਾਲੇ ਕਰਨੇ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਉਨੀਆਂ ਉਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੈ ਹੈ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ। ਇਹ ਨਿਤ ਦੇਵੈ ਚੜ੍ਹੈ ਸਵਾਇਆ, ਇਹ ਉਹ ਬਖਸ਼ਿਸ਼ ਹੈ ਜਿਸ ਬਖਸ਼ਿਸ਼ ਨੂੰ ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ।
ਬੜੇ ਪ੍ਰੇਮ ਤੇ ਬੜੀ ਭਾਵਨਾ ਤੇ ਸ਼ਰਧਾ ਦੇ ਨਾਲ ਨਿਮਰਤਾ ਦੇ ਨਾਲ ਸੇਵਾ ਨਿਭਾਈ ਤੇ ਬਹੁਤਿਆਂ ਨੂੰ ਬਤੌਰ ਲਾਈਟ ਹਾਊਸ, ਬਤੌਰ ਆਗੂ, ਬਤੌਰ ਇੱਕ ਐਸੀ ਸ਼ਖਸੀਅਤ ਤੇ ਹਸਤੀ ਰੂਪ ਦੇ ਵਿੱਚ ਦੱਸਿਆ ਕਿ ਜੇ ਕੋਈ ਸੇਵਾਦਾਰ ਹੋਏ ਨਾ, ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੈ ਭਾਏ, ਖੁਰਮਤ ਇਸ ਨੂੰ ਅਗਲੀ ਉਹ ਵਜੋਂ ਵੀ ਦੂਣਾ ਖਾਏ। ਤੇ ਭਾਈ ਗੁਰਦਾਸ ਜੀ ਦੀ ਇਹ ਜਿਹੜੀ ਗੱਲ ਹੈ ਨਾ, ਬਿਲਕੁਲ ਢੁਕਦੀ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ, ਕਦੀ ਕੋਈ ਸਾਡੀ ਤਰ੍ਹਾਂ ਧਾਕੜ ਲੈਕਚਰ ਥੋੜ੍ਹੀ ਦਿੱਤਾ ਉਹਨਾਂ ਨੇ, ਇੱਕ ਬਚਨ ਵੀ ਕਿਤੇ ਸੰਗਤ 'ਚ ਖੜੇ ਹੋ ਕੇ ਨਹੀਂ ਬੋਲਿਆ ਉਹਨਾਂ ਨੇ, ਕਦੀ ਉਹਨਾਂ ਨੇ ਨਹੀਂ ਕਿਹਾ ਕਿ ਇਸ ਤਰ੍ਹਾਂ ਕਰੋ, ਇਵੇਂ ਕਰੋ, ਬਿਲਕੁਲ ਚੁੱਪ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ। ਜੇ ਬਾਬਾ ਅਸੀਂ ਸ਼ੇਖ ਫਰੀਦ ਜੀ ਦੇ ਜੀਵਨ ਨੂੰ ਵੇਖੀਏ, ਉਹਨਾਂ ਦੀ ਭਗਤੀ, ਉਹਨਾਂ ਦੀ ਬੰਦਗੀ ਨੂੰ ਦੇਖੀਏ, ਉਹਨਾਂ ਨੇ ਇੱਕੋ ਹੀ ਗੱਲ ਕੀਤੀ ਹੈ ਕਿ ਜੇ ਦਰਵੇਸ਼ ਹੋਏ ਨਾ, ਫਰੀਦਾ ਦਿਲ ਰੱਤਾ ਇਸ ਦੁਨੀ ਸਿਓਂ, ਕਹਿੰਦੇ ਦੁਨੀਆਂ ਦੇ ਨਾਲ ਦਿਲ ਵੀ ਰੱਤਾ ਹੋਏ ਤੇ ਬੰਦਾ ਆਪਣੇ ਆਪ ਨੂੰ ਦਰਵੇਸ਼ ਕਹਾਏ, ਇਹ ਹੋ ਨਹੀਂ ਸਕਦਾ। ਦੁਨੀਆਂ ਤੋਂ ਨਿਰਲੇਪ ਹੋ ਕੇ ਦੁਨੀਆਂ ਦਾ ਸਵਾਰੇ ਉਹਨੂੰ ਦਰਵੇਸ਼ ਕਿਹਾ ਜਾਂਦਾ। ਦੁਨੀਆਂ ਤੋਂ ਭੱਜ ਕੇ ਨਾ ਜਾਏ, ਹੋਏ ਦੁਨੀਆਂ ਦੇ ਵਿੱਚ ਮਨੁੱਖਤਾ ਦੀ ਸੇਵਾ ਕਰੇ, ਪਰ ਮਨੁੱਖਤਾ ਦੇ ਵਿੱਚ ਰਹਿ ਕੇ ਵੀ ਬਿਲਕੁਲ ਨਿਰਲੇਪ। ਇਹ ਹੈ ਫਰੀਦਾ ਦਿਲ ਰੱਤਾ ਇਸ ਦੁਨੀ ਸਿਓਂ, ਦੁਨੀ ਨਾ ਕਿਤੇ ਕੰਮ, ਮਿਸਲ ਫਕੀਰਾਂ ਗਾਖੜੀ, ਸੋ ਪਾਈਆ ਪੂਰ ਕਰਮ। ਇਹ ਕੋਈ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਕੋਈ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੁੰਦੀ ਹੈ, ਉਹ ਰਹਿਮਤ ਦੇ ਨਾਲ ਹੀ ਇਹ ਕੋਈ ਬਖਸ਼ਿਸ਼, ਜਿਹਨੂੰ ਬਾਬਾ ਸ਼ੇਖ ਫਰੀਦ ਕਹਿੰਦੇ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਕੋਈ ਰੁੱਖ ਵਰਗਾ ਦਰਵੇਸ਼ ਹੋ ਸਕਦਾ ਜਿਹਨੂੰ ਲੋਕੀ ਵੱਟੇ ਵੀ ਮਾਰਨ, ਪਰ ਰੁੱਖ ਹਮੇਸ਼ਾ ਜਿਸ ਰੁੱਖ ਤੇ ਫਲ ਆਏਗਾ ਉਹ ਰੁੱਖ ਧਰਤੀ ਵੱਲ ਝੁਕ ਜਾਏਗਾ, ਪਰ ਜਿਹਦੇ ਅੰਦਰ ਰਹਿਮਤ ਨਹੀਂ ਹੈ। ਸਿੰਬਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ, ਕੋਈ ਜੇ ਆਵੇ ਆਸ ਕਰ ਜਾਏ ਨਿਰਾਸਾ ਕਿੱਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ। ਗੱਲ ਮੁੱਕਦੀ ਇਹ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਾਂ। ਕਦੀ ਉੱਚਾ ਨਹੀਂ ਬੋਲਿਆ, ਕਦੀ ਸਹਿਜ ਜੀਵਨ ਦੇ ਵਿੱਚ ਕੋਈ ਆਖ ਸਕੇਗਾ, ਕੋਈ ਨਹੀਂ ਆਖ ਸਕੇਗਾ ਜੀ ਅੱਜ ਬਾਬਾ ਜੀ ਨੇ, ਬਿਲਕੁਲ ਸਹਿਜ ਬੋਲਣ ਵਾਲੇ, ਥੋੜ੍ਹਾ ਬੋਲਣ ਵਾਲੇ। ਔਰ ਇਹ ਥੋੜ੍ਹਾ ਬੋਲਣ ਹੀ ਦਰਵੇਸ਼ ਦੀ ਨਿਸ਼ਾਨੀ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਕੋ ਖੋਬਣਾ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਬਣਾ। ਇੱਕ ਗੱਲ ਜਿਹੜੀ ਹੋਰ ਇਤਿਹਾਸ ਦੇ ਵਿੱਚ ਜਿਹੜੀ ਲਿਖਤੀ ਜੇ ਜਾਂ ਮੌਖਿਕ ਸੁਣਨ ਨੂੰ ਮਿਲਦੀ ਹੈ, ਭਾਵੇਂ ਉਹਨਾਂ ਦੇ ਨਾਲ ਜਿੰਨੇ ਵੀ ਸੇਵਾਦਾਰ, ਕਿਉਂਕਿ ਹੁਣ ਵੀ ਬਾਬਾ ਬਚਨ ਸਿੰਘ ਜੀ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਇਸ ਪਾਵਨ ਸਥਾਨ 'ਤੇ ਆ ਰਹੇ, ਉਹਨਾਂ ਨੂੰ ਵੀ ਇੱਕ ਗੱਲ ਇਹ ਦੱਸੀ ਜਦ ਉਹਨਾਂ ਨੇ ਉਹਨਾਂ ਦੀ ਹਾਥੀ 'ਚ ਸੇਵਾ ਕਮਾਈ, ਕਿ ਬਚਨ ਸਿੰਘ ਜਦ ਵੀ ਮਿਲਣਾ ਇਹੀ ਕਹਿਣਾ ਕਿ ਕਿੰਨੀ ਕੁ ਸੇਵਾ ਚੱਲ ਰਹੀ ਹੈ, ਕਿਹੜੀ ਸੇਵਾ ਚੱਲ ਰਹੀ ਹੈ, ਢਿੱਲ ਨਹੀਂ ਕਰਨੀ, ਸੇਵਾ ਇਵੇਂ ਕਰਨੀ ਹੈ ਜਿਵੇਂ ਤੇਜ਼ ਰਫ਼ਤਾਰ ਘੋੜੇ 'ਤੇ ਸਵਾਰੀ ਕੀਤੀ ਜਾਂਦੀ ਹੈ, ਅਤੇ ਜਿਹੜਾ ਕੰਮ ਕੱਲ੍ਹ ਕਰਨਾ ਹੈ, ਜਿਹੜੀ ਸੇਵਾ ਕੱਲ੍ਹ ਨੂੰ ਪਾਉਣੀ ਹੈ, ਉਹ ਸੇਵਾ ਅੱਜ ਕਰਕੇ ਆਰਾਮ ਕਰਿਓ, ਅੱਜ ਕਰਕੇ ਉਹ ਸੇਵਾ ਕਰਿਓ। ਔਰ ਇਹ ਭਾਵਨਾ ਜਿਹੜੀ ਹੈ ਸਾਡੇ ਸਿੱਖਾਂ ਵਿੱਚ ਉਦਮ ਦੀ, ਅਸੀਂ ਤਾਂ ਕਹਿ ਦਿੰਦੇ ਹਾਂ ਚਿੱਟਾ ਚੋਲਾ ਪਾਇਆ, ਕਦੀ ਨੇੜਿਓਂ ਜੇ ਬਾਬਾ ਹਰਭਜਨ ਸਿੰਘ ਨੂੰ ਡਿੱਠਾ ਹੋਏ ਨਾ, ਕਦੀ ਜੀਵਨ ਵਿੱਚ ਆਲਸ ਨਹੀਂ ਉਹਨਾਂ ਦੇ ਜ਼ਿਆਦਾ, ਕਦੀ ਉਹਨਾਂ ਦੇ ਜੀਵਨ ਦੇ ਵਿੱਚ ਦਲਿੱਦਰ ਨਹੀਂ, ਆਪ ਹੱਥੀਂ ਉਹਨਾਂ ਨੇ ਸੇਵਾਵਾਂ ਕੀਤੀਆਂ। ਅਤੇ ਸਾਡੇ ਲਈ ਇਹ ਉਪਦੇਸ਼ ਹੈ, ਮੁਰਦਾ ਹੋਏ ਮੁਰੀਦਾਂ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਕੋ ਖੋਬਣਾ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਬਣਾ। ਸੇਵਕ ਹੋਏ ਸੰਜੀਦ ਨਾ ਹੱਸਣ ਰੋਬਣਾ, ਸੰਜੀਦਗੀ ਹੈ ਉਹਦੇ ਜੀਵਨ ਵਿੱਚ, ਉਹਦੇ ਜੀਵਨ ਵਿੱਚੋਂ ਸੰਜੀਦਗੀ। ਔਰ ਇਸ ਸੰਜੀਦਗੀ ਦਾ ਜ਼ਿਕਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤਾ।
ਕਿ ਸੰਜੀਦਗੀ ਕੀਤੀ ਹੈ, ਕਿਹੜੀ ਹੈ ਸੰਜੀਦਗੀ? ਤੇ ਇਹ ਹੈ ਨਾ, ਜਿਸ ਮਹਾਰਾਜ ਜੀ ਨੇ, ਜਿਸ ਗੱਲ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕਰਕੇ ਆਖਿਆ ਕਿ ਸੰਜੀਦਗੀ ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ। ਹਰ ਕੰਮ ਨੂੰ ਅਰਦਾਸ ਤੋਂ ਪਹਿਲਾਂ ਪਹਿਲਾਂ ਅਰਦਾਸ ਕਰਕੇ ਫਿਰ ਉਹ ਕਾਰਜ ਸ਼ੁਰੂ ਕਰਨਾ। ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ, ਕਿਛ ਲਾਹੇ ਉੱਪਰ ਘਾਲੀ ਹੈ, ਕਿਛ ਲਾਹੇ ਉੱਪਰ ਘਾਲੀਆ ਦੀ ਜਿਹੜੀ ਜੁਗਤ ਹੈ ਉਹ ਜੁਗਤ ਬਾਬਾ ਜੀ ਨੇ ਸਾਡੇ ਸਿੱਖਾਂ ਨੂੰ ਸਮਝਾਈ ਬਈ ਗੁਰਸਿੱਖ ਗੁਰਸਿੱਖ ਤੋਂ ਕਿਉਂ ਨਹੀਂ ਸਿੱਖੇ? ਜੋ ਦੀਸਾ ਗੁਰਸਿੱਖੜਾ ਤੇ ਸਨੇਮ ਨੇ ਬਲਾਗੋਂ ਪਾਏ ਜੀ, ਉਹ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀ। ਤੇ ਉਹਨਾਂ ਦਾ ਜਿਹੜਾ ਉਪਦੇਸ਼ ਹੁੰਦਾ ਨਾ, ਉਹ ਦੇ ਲੰਮੀ ਨਜ਼ਰ ਨਿਹਾਲੀਆ ਹੁੰਦਾ। ਰਾਜਨੀਤਿਕ ਤੇ ਭਗਤੀ ਕਰਨ ਵਾਲੇ 'ਚ ਇਹ ਫਰਕ ਹੁੰਦਾ, ਰਾਜਨੀਤਿਕ ਨੂੰ ਵੀ ਲੋਕੀ ਮੱਥਾ ਟੇਕਦੇ ਨੇ ਪਰ ਭਗਤੀ ਕਰਨ ਵਾਲੇ ਦੇ ਵਿੱਚ ਇਹ ਵੱਡਾ ਫਰਕ ਹੁੰਦਾ, ਉਹਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ ਕੀ ਹੋਣ ਵਾਲਾ। ਭਗਤੀ ਕਰਨ ਵਾਲੇ ਦੇ ਬਚਨ ਆਉਣ ਵਾਲੇ ਸਮੇਂ ਵਿੱਚ ਵਰਤਣ ਵਾਲੀ ਕਾਰ ਦੇ ਹੁੰਦੇ ਨੇ, ਉਹ ਰਾਜਨੀਤਿਕ ਬੰਦਾ ਨਹੀਂ ਕਰ ਸਕਦਾ। ਉਹ ਧਰਤੀ ਦੇ ਉੱਤੇ ਹੁਣ ਇਸੀ ਗੱਲ ਨੂੰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ, ਔਰੰਗਜ਼ੇਬ ਤੈਨੂੰ ਉਸੀ ਪਰਵਰਦਿਗਾਰ ਵਾਹਿਗੁਰੂ ਨੇ ਇਹ ਰਾਜ ਦਿੱਤਾ ਇੰਨਾ ਵੱਡਾ, ਤੂੰ ਰਾਜ ਦਾ ਪਾਤਸ਼ਾਹ, ਲੋਕੀ ਤੇਰੇ ਅੱਗੇ ਝੁਕਦੇ ਆ, ਤੈਨੂੰ ਖਿਤਾਬੀ ਔਰੰਗਜ਼ੇਬ ਕਹਿੰਦੇ ਆ। ਪਰ ਯਾਦ ਰੱਖੀ, ਜਿਸ ਪਰਵਰਦਿਗਾਰ ਵਾਹਿਗੁਰੂ ਨੇ ਤੈਨੂੰ ਰਾਜ ਦਿੱਤਾ ਉਸੀ ਪਰਵਰਦਿਗਾਰ ਨੇ ਗੁਰੂ ਗੋਬਿੰਦ ਸਿੰਘ ਨੂੰ ਭਗਤੀ ਦਿੱਤੀ ਹੈ। ਤੇ ਕਦੀ ਰਾਜ ਦਾ ਮਾਣ ਨਾ ਕਰੀ, ਜਦ ਭਗਤੀ ਭਗਤੀ ਬੋਲਦੀ ਹੈ ਨਾ ਤੇ ਵੱਡੇ ਵੱਡੇ ਰਾਜੇ ਵੀ ਭਗਤੀ ਦੇ ਅੱਗੇ ਪੈਰਾਂ ਦਾ ਪਾਣੀ ਭਰਦੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ, ਤੁਰਾ ਘਰ ਨਜ਼ਰ ਹਸਤ ਲਸ਼ਕਰ ਬਾ ਜ਼ਰ ਕੇ ਮਹਾਰਾ ਨਿਗਾਹ ਹਸਤੀ ਅਸਦਾ ਸ਼ੁਕਰ। ਸਤਿਗੁਰਾਂ ਦੇ ਜੀਵਨ ਦੇ ਵਿੱਚ ਦੇਖੋ ਜਿੰਨੀਆਂ ਸੇਵਾ ਘਾਲਨਾਵਾਂ ਕਰਨ ਵਾਲੇ ਨੇ, ਸਤਿਗੁਰੂ ਜੀ ਨੇ ਉਹਨਾਂ ਨੂੰ ਗਲਵਕੜੀ ਲਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗਲਵਕੜੀ ਲਾਇਆ ਭਾਈ ਮਨਸੁਖ ਨੂੰ। ਕਿਹੜੀ ਸੇਵਾ ਕੀਤੀ? ਭਾਈ ਮਨਸੁਖ ਜੀ ਨੇ ਭਾਈ ਮਰਦਾਨਾ ਜੀ ਦੀ ਧੀ ਦਾ ਵਿਆਹ ਕਰਾਇਆ ਸੀ। ਭਾਈ ਮਰਦਾਨਾ ਕਹਿੰਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਮੈਂ ਤੇ ਤੁਹਾਡੇ ਪਿੱਛੇ ਤੁਰੀ ਜਾਂਦਾ, ਮੈਂ ਤੇ ਤੁਹਾਡੇ ਨਾਲ ਤੁਰੀ ਜਾਂਦਾ ਤੇ ਮੇਰਾ ਪਰਿਵਾਰ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਇਸ ਸੰਸਾਰ ਦੇ ਵਿੱਚ ਕਿਰਤ ਵੀ ਰੱਬ ਤੇਰੇ ਤੋਂ ਕਰਾਏਗਾ, ਸਭ ਕੁਝ ਕਰਾਏਗਾ, ਪਰ ਹਜੇ ਕੀਰਤੀ ਦਾ ਮੌਕਾ ਮਿਲਿਆ, ਤੂੰ ਰੱਬ ਦੀ ਕੀਰਤੀ ਕਰ ਤੇ ਸਾਰੇ ਕਾਰਜ ਤੇਰੇ ਰੱਬ ਕਰੇਗਾ, ਪਰਵਰਦਿਗਾਰ ਵਾਹਿਗੁਰੂ ਕਰੇਗਾ। ਭਾਈ ਮਨਸੁਖ ਦੀ ਸੇਵਾ ਲਾਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਨਸੁਖ ਨੂੰ ਖਿਤਾਬ ਦਿੱਤਾ ਸੇਵਾਦਾਰ ਦਾ, ਸੇਵਾਦਾਰੀ ਦਾ। ਇੱਥੋਂ ਤੱਕ ਭਾਈ ਗੁਰਦਾਸ ਜੀ ਨੇ ਜਦ ਸਿੱਖਾਂ ਦੀ ਨਾਮਾਵਲੀ ਬਣਾਈ ਤੇ ਉਸ ਨਾਮਾਵਲੀ ਦੇ ਵਿੱਚ ਭਾਈ ਮਨਸੁਖ ਨੂੰ ਦਿੱਤਾ ਜ਼ਿਕਰ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਭਾਈ ਪਾਰੋ, ਆ ਭਾਈ ਪਾਰੋ ਪੁੱਛਦੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਭਾਈ ਪਾਰੋ ਕਿੱਥੋਂ ਆਉਂਦਾ? ਕਹਿੰਦੇ ਜੀ ਪਾਰੋਂ ਆਉਂਦਾ, ਪਾਰੋਂ ਦਾ ਮਤਲਬ ਦਰਿਆ ਦੇ ਪਾਰੋਂ ਪਰਲੇ ਪਾਸੇ। ਕਹਿੰਦੇ ਨਾਮ ਕੀ ਹੈ? ਕਹਿੰਦੇ ਨਾਮ ਵੀ ਪਾਰੋ ਹੈ। ਕਹਿੰਦੇ ਵਾਹ, ਕਹਿੰਦੇ ਆਉਂਦਾ ਵੀ ਪਾਰੋ ਹੈ ਤੇ ਨਾਮ ਵੀ ਪਾਰੋ ਹੈ। ਕਹਿੰਦੇ ਫਿਰ ਜੇ ਆਉਂਦਾ ਹੈ ਪਾਰੋਂ, ਵੇ ਪਾਰੋ ਫਿਰ ਆਉਂਦਾ ਰਹੀ, ਅੱਗੇ ਵੀ ਆਉਂਦਾ ਰਹੀ, ਸੇਵਾ ਕਮਾਈ, ਇੰਨੀ ਸੇਵਾ ਘਾਲਣਾ ਕਮਾਈ। ਗੁਰੂ ਅਮਰਦਾਸ ਜੀ ਦਾ ਸਮਾਂ ਆਇਆ, ਫਿਰ ਪਾਰੋਂ ਆਉਂਦਾ ਰਿਹਾ। ਇੱਥੋਂ ਤੱਕ ਵੱਡੇ ਵੱਡੇ ਉਸ ਵੇਲੇ ਮੁਗਲ ਦਰਬਾਰ ਅਕਬਰ ਦੇ ਵਜੀਦੇ ਕਹਿਣ ਕਹਾਉਣ ਵਾਲੇ ਦਰਿਆ ਭਰਿਆ ਹੋਇਆ ਤੇ ਘੋੜਾ ਲੈ ਕੇ ਖੜੇ ਨੇ, ਉਡੀਕਦੇ ਨੇ ਕਿਵੇਂ ਪਾਰ ਕਰੀਏ, ਤੇ ਭਾਈ ਪਾਰੋ ਆਇਆ, ਸਣੇ ਘੋੜੇ ਦਰਿਆ ਪਾਰ ਕਰਕੇ ਲੰਘ ਗਿਆ। ਹੈਰਾਨ ਹੋ ਗਏ, ਉੱਥੇ ਦੰਦਾਂ 'ਚ ਉਂਗਲਾਂ ਦਿੱਤੀਆਂ, ਇਹ ਕੌਣ ਕਰਾਮਾਤੀ, ਇਹ ਕੌਣ ਲੰਘਿਆ, ਕਿਹੜਾ ਤਾਕਤਵਰ ਇਕੱਲਾ ਆਇਆ? ਤੇ ਕਹਿੰਦੇ ਗੋਲੀ ਦੀ ਰਫਤਾਰ ਦੇ ਨਾਲ ਘੋੜੇ ਸਣੇ ਦਰਿਆ ਨੂੰ ਪਾਰ ਕਰ ਗਿਆ, ਮੌਤ ਦਾ ਖੌਫ ਨਹੀਂ ਉਹਨੂੰ, ਉਡੀਕਿਆ ਉਹਨੇ। ਜਦ ਪਾਰੋ ਵਾਪਸ ਆਇਆ ਤੇ ਫਿਰ ਵਾਪਸ ਉਹਨੇ ਰੋਕ ਲਿਆ, ਕਹਿੰਦੇ ਪਹਿਲੀ ਗੱਲ ਦੱਸ ਕਿ ਇਹ ਦਰਿਆ ਇੰਨਾ ਭਰਿਆ ਹੋਇਆ, ਤੈਨੂੰ ਡਰ ਨਹੀਂ ਲੱਗਦਾ ਮਰਨ ਤੋਂ?
ਕਹਿੰਦੇ ਜਿਸ ਮਾਲਕ ਦਾ ਮੈਂ ਨੌਕਰ ਹਾਂ ਨਾ, ਜਿਸ ਖਸਮ ਦਾ ਮੈਂ ਸੇਵਕ ਹਾਂ, ਉਹਦਾ ਨਾਮ ਲੈ ਕੇ ਮੈਂ ਦਰਿਆ ਦੇ ਵਿੱਚ ਘੋੜਾ ਠਲ ਦਿੰਦਾ ਤੇ ਉਹ ਆਪ ਹੀ ਪਾਰ ਕਰਾਂਗਾ। ਭਾਈ ਪਾਰੋ ਜੁਲਕਾ ਦੀ ਸੇਵਾ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਪ੍ਰਵਾਨ ਕੀਤੀ। ਉਹ ਹੀ ਭਾਈ ਭਾਰੂ ਸੀ ਜਿਹਨੇ ਗੁਰੂ ਅਮਰਦਾਸ ਜੀ ਨੂੰ ਕਿਹਾ, ਸਤਿਗੁਰ ਸੱਚੇ ਪਾਤਸ਼ਾਹ ਮੇਰੇ ਮਨ 'ਚ ਇੱਕ ਖਿਆਲ ਆਉਂਦਾ ਕਿ ਉਹਨਾਂ ਅਸੀਂ ਜੋੜ ਮੇਲੇ ਕਰੀਏ, ਸਿੱਖ ਦੀ ਗੱਲ ਗੁਰੂ ਮੰਨ ਰਹੇ ਨੇ। ਗੁਰੂ ਅਮਰਦਾਸ ਜੀ ਕਹਿੰਦੇ ਭਾਈ ਪਾਰੋ ਫਿਰ ਤੁਸੀਂ ਦੱਸੋ ਤੁਹਾਡੇ ਮਨ 'ਚ ਕੀ ਖਿਆਲ ਹੈ। ਕਹਿੰਦੇ ਮਹਾਰਾਜ ਤੁਸੀਂ ਵੱਡੇ ਹੋ ਜਾਣੀ ਜਾਣੋ ਕਿ ਉਹਨਾਂ ਅਸੀਂ ਜੋੜ ਮੇਲਾ ਕਰੀਏ। ਮਹਾਰਾਜ ਤੇ ਗੁਰੂ ਅਮਰਦਾਸ ਜੀ ਕਹਿੰਦੇ ਫਿਰ ਅੱਜ ਤੋਂ ਬਾਅਦ ਵਿਸਾਖ ਦਾ ਜੋੜ ਮੇਲਾ ਗੁਰਮਤ ਤੇ ਗੁਰੂ ਘਰ ਦੇ ਵਿੱਚ ਹਮੇਸ਼ਾ ਹੋਏਗਾ। ਇਹ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਸੀ। ਇਹ ਇੱਕ ਇਤਿਹਾਸ ਸੇਵਾ ਬਹੁਤ ਵੱਡੀ ਘਾਲਣਾ ਹੈ। ਗੁਰੂ ਅਮਰਦਾਸ ਸਾਹਿਬ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ, ਉਪਦੇਸ਼ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਕਨ ਮੰਨੇ, ਇਹ ਚਾਲ ਨਿਰਾਲੀ ਗੁਰਮੁਖੀ, ਗੁਰਦੀਖਿਆ ਸੁਣ ਮਨ ਭਿੰਨੇ। ਮਨ ਭਿਜਿਆ ਜਾਂਦਾ ਜਦ ਗੁਰੂ ਤੇ ਗੁਰੂ ਦੇ ਸੇਵਕ ਦੀ ਗੱਲ ਸੁਣੀ ਜਾਂਦੀ ਹੈ, ਜਿਹਨੇ ਦੀਖਿਆ ਕਮਾਈ। ਦੀਖਿਆ ਕੀ ਹੁੰਦੀ ਹੈ? ਗੁਰੂ ਅੰਗਦ ਸਾਹਿਬ ਕਹਿੰਦੇ ਹੈ ਉਹਨਾਂ ਨੂੰ ਨਾ ਕੋਈ ਦੱਸ ਸਕਦਾ, ਨਾ ਉਹਨਾਂ ਦੇ ਜੀਵਨ ਬਾਰੇ ਬਿਆਨ ਕਰ ਸਕਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਤੇ ਇੱਥੇ ਕਹਿ ਕੇ ਵੀ ਬਹੁਤੇ ਆ ਕੇ ਕਹਿ ਜਾਣਗੇ, ਬਹੁਤੇ ਕਹਿ ਰਹੇ ਨੇ ਤੇ ਕਹਿੰਦੇ ਰਹਿਣਗੇ, ਫਿਰ ਵੀ ਪੂਰਨ ਭਗਤੀ ਤੇ ਸੇਵਾ ਕਰਨ ਵਾਲਿਆਂ ਦੀ ਗੱਤ ਨੂੰ ਬਿਆਨ ਹੀ ਨਹੀਂ ਕਰ ਸਕਦੇ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ। ਮੰਨੇ ਕਾ ਬਹਿ ਕਰਨ ਵਿਚਾਰ, ਕਿਉਂ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ। ਇਹ ਜਿਹਨਾਂ ਦੇ ਮਨ ਵਿੱਚ ਨਾਮ ਹੈ, ਜਿਹਨਾਂ ਨੇ ਜਾਣ ਲਿਆ, ਉਹਨਾਂ ਦੀ ਗੱਤ ਨੂੰ ਕੌਣ। ਉਹਨੂੰ ਭਾਈ ਗੁਰਦਾਸ ਕਹਿੰਦੇ ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਜਿਵੇਂ 40 ਦਿਨ ਦਾ ਰੋਜ਼ਾ ਰੱਖ ਕੇ ਮੁਸਲਮਾਨ ਸਾਰਾ ਸਾਲ ਇੱਕ ਚੀਜ਼ ਦੀ ਉਡੀਕ ਕਰਦਾ, ਉਹ ਹੈ ਈਦ ਦਾ ਚੰਦ। ਜਿਸ ਈਦ ਦੇ ਚੰਦ ਨੂੰ ਵੇਖਣ ਵਾਸਤੇ 40-50 ਦਿਨ ਭੁੱਖਾ ਰਹਿੰਦਾ ਮੁਸਲਮਾਨ, ਰੋਜ਼ੇ ਕੱਟਦਾ। ਕਹਿੰਦੇ ਇੱਥੇ ਕਿਸੇ ਨੂੰ ਰੋਜ਼ੇ ਕਰਨ ਦੀ ਲੋੜ ਨਹੀਂ, ਗੁਰੂ ਕੇ ਸਿੱਖੋ ਬੰਦਗੀ ਤੇ ਸੇਵਾ ਕਰਨ ਵਾਲੇ ਦੇ ਦਰਸ਼ਨ ਕਰ ਲਿਓ, ਉਹਦੇ ਵਿੱਚੋਂ ਈਦ ਦੇ ਚੰਦ ਦੇ ਦਰਸ਼ਨ ਹੋਣਗੇ। ਇਹ ਈਦ ਦੇ ਚੰਦ ਤੋਂ ਉੱਤੇ ਭਾਈ ਗੁਰਦਾਸ ਜੀ ਨੇ ਕਿਹਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਰ ਸ਼ਹੀਦ ਪਰੰਪੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਭਣਾ, ਸੇਵਕ ਹੋਏ ਸੰਜੀਦ ਕਾਰੇ ਜੋਬਣਾ। ਇਹ ਹੈ ਸੰਜੀਦਗੀ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ। ਦੁਨੀਆਂ ਵਾਲਾ ਨਹੀਂ ਹੈ, ਜਿਨ ਪੱਟ ਅੰਦਰ ਬਾਹਰ ਗੁੱਜੜ, ਬਾਹਰੋਂ ਪਾਇਆ ਚੋਲਾ ਜੀ, ਬਾਬਾ ਜੀ ਕੀ ਜਾਣਦੇ ਹੋਣਗੇ। ਸਾਰੀ ਦੀਨ ਦੁਨੀ ਦੀ ਸੋਝੀ ਪੰਥ ਰਤਨ ਬਾਬਾ ਹਰਬੰਸ ਸਿੰਘ ਨੂੰ ਹੁੰਦੀ ਸੀ, ਹਰ ਗੱਲ ਬਾਰੇ ਜਾਣਦੇ ਸੀ ਪੰਥ 'ਚ ਕੀ ਕਾਰਾ ਵਰਤ ਰਿਹਾ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇਹੋ ਲੱਗਾ ਰੱਬ ਸੇਤੀ, ਦੇਖਣਾ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਹੇ ਪ੍ਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾ। ਇਹ ਹੈ ਰੰਗ ਹੱਸੈ ਰੰਗ ਰੋਵੈ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ। ਤੇ ਅਗਲਾ ਬਚਨ ਕੀਤਾ ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਉਹ ਈਦ ਦੇ ਚੰਦ ਨੂੰ ਨਾ ਵੇਖੋ, ਭਗਤੀ ਤੇ ਸੇਵਾ ਕਰਨ ਵਾਲੇ ਨੂੰ ਦੇਖ ਲਓ। ਤੇ ਭਾਈ ਪਾਰੋ ਜੁਲਕਾ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਬੈਠੇ ਨੇ ਆਪਣੇ ਤਖਤ ਤੇ ਗੱਦੀ ਤੇ ਤਖਤ ਤੋਂ ਉਤਰ ਕੇ ਥੱਲੇ ਆ ਗਏ ਤੇ ਭਾਈ ਪਾਰੋ ਜੁਲਕਾ ਭਾਈ ਪਾਰੋ ਸਾਹਮਣੇ ਬੈਠਾ ਤੇ ਗੁਰੂ ਅਮਰਦਾਸ ਜੀ ਨੂੰ ਉਡੀਕ ਕੇ ਕਹਿੰਦਾ ਮਹਾਰਾਜ ਇਹ ਕੀ ਚੋਜ। ਤੇ ਸਤਿਗੁਰੂ ਗੁਰੂ ਅਮਰਦਾਸ ਪਾਰੋ ਨੂੰ ਕਹਿੰਦੇ ਪਾਰੋ ਤੇਰੇ ਵਾਸਤੇ ਤਖਤ ਖਾਲੀ ਕਰਤਾ, ਬਹਿ ਜਾ ਤੂੰ ਗੱਦੀ ਤੇ। ਇਸ ਸੇਵਾਦਾਰ ਨੂੰ ਰਹਿਮਤ ਹੈ ਗੁਰੂ ਘਰ ਦੀ, ਇਹ ਸਾਥੀ ਅਸੀਂ ਨਹੀਂ ਕਰਦੇ। ਪਾਰੋ ਜਿਹਨੇ ਸੇਵਾ ਕਮਾਈ, ਗੁਰੂ ਅਮਰਦਾਸ ਜੀ ਨੇ ਗੱਦੀ ਦਿੱਤੀ। ਤੇ ਭਾਈ ਪਾਰੋ ਨੇ ਅੱਗੇ ਪਤਾ ਸੇਵਾ ਘਾਲਣਾ ਕਰਨ ਵਾਲੇ ਨੇ ਕੀ ਕਿਹਾ, ਕਹਿੰਦਾ ਸਤਿਗੁਰ ਜੀ ਗੋਦ ਲੈਣ ਆਇਆ, ਗੱਦੀਆਂ ਲੈਣ ਦੀਆਂ।
ਆਪਣੀ ਗੋਦ ਦਾ ਨਿੱਘ ਬਖਸ਼ੋ। ਇਹ ਹੈ ਸੇਵਾ ਦੀ ਘਾਲਣਾ, ਜਿਸ ਘਾਲਣਾ ਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਹੈ ਸੁਭਾਉ ਜਨ ਕੈ ਸੰਗ ਚਿਤ ਆਵੈ ਨਾਉ। ਤੇ ਇਹ ਗੱਲ ਅੱਜ ਵੀ ਸੱਚ ਹੈ, ਗੁਰੂ ਵੇਲੇ ਵੀ ਸੱਚ ਹੈ ਤੇ ਰਹਿੰਦੀ ਧਰਤੀ ਵੇਲੇ ਵੀ ਸੱਚ ਰਹੇਗੀ, ਤੱਕ ਵੀ ਸੱਚ ਰਹੇਗੀ। ਆਪ ਮੁਕਤ ਸਾਰੇ ਜਪੋ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਸਦਾ ਹੀ ਨਮਸਕਾਰ। ਕਹੀ ਹੈ ਮਹਾਰਾਜ ਗੁਰੂ ਅਰਜੁਨ ਸਾਹਿਬ ਨੇ, ਉਸ ਜਨ ਦੀ ਨਮਸਕਾਰ ਹੈ ਜਿਹਨੇ ਸੇਵਾ ਘਾਲਣਾ ਕੀਤੀ ਹੈ, ਤੇ ਸੇਵਾ ਘਾਲਣਾ ਸੇਵਾ ਕਰਤ ਹੋਏ ਨਹਿ ਕਾਮੇ ਤਿਸ ਕੋ ਹੋਤ ਪ੍ਰਾਪਤ ਸਵਾਮੀ। 250 ਤੋਂ ਵੱਧ ਗੁਰਦੁਆਰਿਆਂ, ਦੇਖੋ ਇਹ ਲੜੀ ਕਿੱਥੋਂ ਸ਼ੁਰੂ ਹੋਈ, ਨਨਕਾਣਾ ਸਾਹਿਬ ਤੋਂ ਸ਼ੁਰੂ ਹੋਈ, ਬਾਬਾ ਗੁਰਮੁਖ ਸਿੰਘ ਦੀ ਸ਼ਰਨ ਵਿੱਚ ਆਏ, ਹਰੀ ਸਿੰਘ ਤੋਂ ਹਰੀ ਕਾ ਬੰਸ ਹਰਬੰਸ ਸਿੰਘ ਨਾਮ ਪਿਆ, ਖਡੂਰ ਸਾਹਿਬ ਦੀ ਸੇਵਾ ਸੰਭਾਲ ਕੀਤੀ, ਉਸ ਤੋਂ ਬਾਅਦ ਜੈਤੋਂ ਗੰਗਸਰ ਜੈਤੋਂ ਦੀ ਸੇਵਾ, ਗੰਗਸਰ ਜੈਤੋਂ ਦੀ ਸੇਵਾ ਤੋਂ ਬਾਅਦ ਅੰਮ੍ਰਿਤਸਰ ਦੇ 5 ਸਰੋਵਰਾਂ ਦੀ ਸੇਵਾ ਕੀਤੀ, ਉਸ ਤੋਂ ਬਾਅਦ ਮਾਲਵੇ ਦੇ ਸਾਰੇ ਇਲਾਕੇ ਆ ਸ਼ੁਰੂ ਕਰ ਲਓ ਤੁਸੀਂ, ਚਮਕੌਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਅੱਗੇ ਜਿੰਨਾ ਦੀਨਾ ਕਾਂਗੜਾ, ਇਹ ਸਾਰੇ ਸਥਾਨਾਂ ਦੀ ਸੇਵਾ। ਫਿਰ ਇਸ ਤੋਂ ਬਾਅਦ ਜਿਹੜੀ ਸੇਵਾ ਇਹਨਾਂ ਨੇ ਭਾਵੇਂ ਟਾਂਡਾ ਸਾਹਿਬ ਦੀ ਸੰਭਾਲੀ ਹੈ ਬਾਬਾ ਜੀ ਨੇ, ਭਾਵੇਂ ਉੱਤਰਾਖੰਡ ਦੇ ਗੁਰਦੁਆਰਿਆਂ ਦੀ ਸਾਂਭੀ ਹੈ, ਫਿਰ ਮਾਲਵੇ ਦੇ ਇਲਾਕੇ ਨੂੰ ਬਠਿੰਡੇ ਤੋਂ ਹੋ ਕੇ ਫਿਰ ਹੋਰ ਦੇਸ਼ਾਂ ਵਿਦੇਸ਼ਾਂ ਦੇ ਜਿੰਨੇ ਗੁਰਦੁਆਰੇ ਦੇਸ਼ ਦੇ ਵਿੱਚ ਜਿੰਨੀ ਥਾਵਾਂ 'ਤੇ ਗੁਰਦੁਆਰੇ ਹੈ, ਭਾਵੇਂ ਉਹ ਅਸਾਮ ਹੈ, ਭਾਵੇਂ ਉਹ ਸ਼੍ਰੀਲੰਕਾ ਵਾਲੇ ਪਾਸੇ ਹੈ, ਅਤੇ ਭਾਵੇਂ ਉਹ ਇੱਥੇ ਆਪਣੇ ਜਿੰਨੇ ਗੁਰਦੁਆਰਿਆਂ ਦੇ ਸ਼੍ਰੀਨਗਰ ਕਸ਼ਮੀਰ ਵੱਲ ਕੋਈ ਮੂੰਹ ਨਹੀਂ ਕਰਦਾ ਸੀ ਬਈ ਉੱਥੇ ਸੇਵਾ ਕੌਣ ਕਰੇਗਾ। ਇੱਕ ਵਾਰੀ ਬਾਬਾ ਹਰਬੰਸ ਸਿੰਘ ਜੀ ਨੂੰ ਪਤਾ ਲੱਗਿਆ ਵੀ ਸ਼੍ਰੀਨਗਰ ਗੁਰਦੁਆਰੇ ਬਣਾਉਣੇ ਆ, ਅਤੇ ਸ਼੍ਰੀਨਗਰ ਆ ਕਸ਼ਮੀਰ ਦੇ ਸਾਰੇ ਗੁਰਦੁਆਰਿਆਂ ਦੀ ਸੇਵਾ ਫਿਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ, ਕਿਉਂ ਦਾਸ ਉੱਥੇ 1 ਰਿਹਾ ਔਰ ਉੱਥੇ ਸਭ ਤੋਂ ਪਹਿਲਾਂ ਜੇ ਮੈਂ ਕਿੱਥੇ ਸ਼ਰਨ ਲਈ ਆਈ, ਫਿਰ ਛੱਟੀ ਪਾਤਸ਼ਾਹੀ ਗੁਰਦੁਆਰਾ ਸਾਹਿਬ ਜਿਹੜੀ ਸਰਾਂ ਆਪ ਆਪਣੀ ਹੱਤੀ ਬਾਬਾ ਹਰਬੰਸ ਸਿੰਘ ਜੀ ਨੇ ਬਣਾਈ ਸੀ, ਉਸ ਕਮਰੇ 'ਚ ਦਾਸ ਰਿਹਾ, ਉੱਥੇ ਉਸ ਠੰਡ 'ਚ ਕੋਈ ਵੀ ਨਹੀਂ ਰਹਿੰਦਾ ਸੀ। ਤਾਂ ਮੈਨੂੰ ਯਾਦ ਆਈ ਬਾਬਾ ਜੀ ਦਾ ਕਿ ਬਈ ਜੇ ਸਰਾਂ ਨਹੀਂ ਹੁੰਦੀ ਤਾਂ ਮੈਂ ਕਿੱਥੋਂ ਅੰਮ੍ਰਿਤਸਰ ਦਿੱਲੀ ਤੋਂ ਆਇਆ, ਤਾਂ ਇੱਥੇ ਕੋਈ ਮੈਨੂੰ ਪੁੱਛਣ ਵਾਲਾ ਨਹੀਂ, ਕੋਈ ਰਾਹ ਦੱਸਣ ਵਾਲਾ ਨਹੀਂ। ਅਤੇ ਉੱਥੇ ਮੈਨੂੰ ਦੱਸਿਆ ਜੀ ਇੱਥੇ ਸਰਾਂ ਇੱਕੋ ਹੀ ਹੈ ਜਿਹੜੀ ਬਣਾਈ ਬਾਬਾ ਹਰਬੰਸ ਸਿੰਘ ਜੀ ਨੇ, ਛੱਟੀ ਪਾਤਸ਼ਾਹੀ ਗੁਰਦੁਆਰਾ ਸਾਹਿਬ। ਇਹ ਥਾਂ 'ਤੇ ਮੈਂ ਨਿੱਜੀ ਐਕਸਪੀਰੀਅੰਸ, ਰਾਜਸਥਾਨ ਦੇ ਵਿੱਚ ਕਿੰਨੀਆਂ ਥਾਵਾਂ, ਗੁਜਰਾਤ ਦੀ ਗੁਰਦੁਆਰਿਆਂ ਦੀ ਸੇਵਾਵਾਂ, ਬੋਂਬੇ ਗੁਰਦੁਆਰਿਆਂ ਦੀ ਸੇਵਾਵਾਂ, ਹੋਰ ਜਿੱਥੇ ਗਿਣਨ ਬੈਠੀਏ ਗਿਣਨਾ ਅਸੀਂ ਗਿਣ ਕੇ ਥੱਕ ਜਾਵਾਂਗੇ, ਪਰ ਸੇਵਾਵਾਂ ਦੀ ਗਿਣਤੀ ਨਹੀਂ ਮੁੱਕੇਗੀ। ਇੰਨੀਆਂ ਸੇਵਾਵਾਂ 250 ਤੋਂ ਵੱਧ, ਫਿਰ ਬੰਗਲਾ ਸਾਹਿਬ ਦੀ ਸੇਵਾ ਜਿਹੜੀ, ਔਰ ਫਿਰ ਜਦ ਨਾਮ 1976 June ਬੰਗਲਾ ਸਾਹਿਬ ਦੀ ਕਾਰ ਸੇਵਾ ਸ਼ੁਰੂ ਕੀਤੀ, ਉਸ ਤੋਂ ਬਾਅਦ ਫਿਰ ਪੰਥ ਰਤਨ ਬਾਬਾ ਹਰਬੰਸ ਸਿੰਘ, ਜਥੇਦਾਰ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲੇ ਹੀ ਪੈ ਗਏ। ਅਤੇ ਬੜੀ ਰਹਿਮਤ ਹੈ ਸਤਿਗੁਰ ਜੀ ਦੀ ਕਿ ਇਸ ਪਾਵਨ ਸਥਾਨ 'ਤੇ ਅੱਜ ਸਾਨੂੰ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਦੀ ਸਾਲਾਨਾ ਯਾਦ, ਬੰਗਲਾ ਸਾਹਿਬ ਅਤੇ ਬੰਗਲਾ ਸਾਹਿਬ ਤੋਂ ਬਾਅਦ ਹੁਣ ਸਤਿਗੁਰ ਰਹਿਮਤ ਕਰਨ ਆਉਂਦੇ ਸਾਲ ਇਹ ਸਮਾਗਮ ਲਗਾਤਾਰ ਸਤਿਗੁਰ ਜੀ ਰਹਿਮਤ ਕਰਕੇ ਕਰਾਉਂਦੇ ਰਹਿਣ, ਕਿਉਂਕਿ ਪ੍ਰਬੰਧਕ ਕਮੇਟੀ ਨੇ ਤਾਂ ਕਹਿ ਦਿੱਤਾ ਜੀ ਇਹ ਸਮਾਗਮ ਹੋਣਗੇ। ਸਰਦਾਰ ਗੋਬਿੰਦ ਸਿੰਘ ਜੀ ਵੀ ਹੋਰ ਪਤਵੰਤੇ ਸੱਜਣ ਉਲੀਕਣ ਵਾਲੇ ਬੈਠੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਜਦ ਸੇਵਾ ਸਿਧਾਂਤ ਦੀ ਗੱਲ ਆਏਗੀ ਤਾਂ ਉਸ ਵੇਲੇ ਸੇਵਾ ਕਰਨ ਵਾਲੇ ਨੇ ਸਤਿਗੁਰੂ ਜੀ ਨੇ ਸਭ ਤੋਂ ਉੱਚੀ ਪਦਵੀ ਦਿੱਤੀ, ਭਾਵੇਂ ਗੁਰੂ ਅਰਜੁਨ ਸਾਹਿਬ ਜੀ ਦੇ ਵੇਲੇ ਭਾਈ ਮਾਂਝ ਹੈ,
ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ। ਇਹ ਕਿਹਾ ਮਹਾਰਾਜ ਨੇ, ਮੰਜ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਸੇਵਾਦਾਰ ਸੀ, ਗੁਰੂ ਕੇ ਲੰਗਰ ਦੀ ਸੇਵਾ ਕਰਨ ਆਏ ਸੀ। ਮਹਾਰਾਜ ਨੇ ਕਹਿੰਦੇ ਸਿੱਖੀ ਤੇ ਸਿੱਖੀ ਨੇ ਟਿਕਣੀ, ਛੱਡ ਕੇ ਆ ਜੋ ਤੂੰ ਕਮਾਰ ਛੱਡ ਆਇਆ। ਮਹਾਰਾਜ ਕਹਿੰਦੇ ਰਹਿੰਦੀ ਧਰਤੀ ਤੱਕ ਭਾਈ ਮੰਜ, ਜਿੱਥੇ ਵੀ ਤੇਰਾ ਨਾਮ ਲਿਆ ਜਾਏਗਾ ਤੇਰੀ ਸਾਖੀ ਸੁਣ ਕੇ ਮਨਮੁਖ ਵੀ ਗੁਰਮੁਖ ਹੋ ਜਾਣਗੇ, ਤਰ ਜਾਣਗੇ ਭਵ ਸਾਗਰ ਤੋਂ। ਜਗ ਲੰਘਣ ਹਾਰਾ ਇਹ ਪਦਵੀ ਦਿੱਤੀ ਸਤਿਗੁਰਾਂ ਨੇ। ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਮਾਉਣ ਵਾਲੇ ਗੁਰਸਿੱਖ ਪਿਆਰੇ, ਜਿੱਥੇ ਬਾਬਾ ਹਰਬੰਸ ਸਿੰਘ ਜੀ, ਉੱਥੇ ਬਾਬਾ ਗੁਰਬਚਨ ਸਿੰਘ ਜੀ, ਇਹ ਅਖੰਡ ਕੀਰਤਨੀ ਜੱਥੇ ਦੇ ਵਿੱਚ ਖੜਤਾਲਾਂ ਦੀ ਸੇਵਾ ਕਰਦੇ ਸੀ ਅਤੇ ਇਹਨਾਂ ਦੇ ਚਿਹਰੇ 'ਤੇ ਐਸਾ ਨੂਰ ਸੀ। ਇੱਕ ਵਾਰੀ ਇੰਗਲੈਂਡ ਤੋਂ ਇੱਕ ਰਿਪੋਰਟਰ ਆਇਆ ਨਗਰ ਕੀਰਤਨ 'ਚ, ਅਤੇ ਜਦ ਅਖੰਡ ਕੀਰਤਨ ਜੱਤੇ ਦੀ ਚੌਂਕੇ ਨਿਕਲਦੀ ਸੀ ਅਤੇ ਉਹਨੇ ਹੋਰ ਕੁਛ ਨਹੀਂ ਦੇਖਿਆ, ਉਹ ਕਈ ਘੰਟੇ ਬਾਬਾ ਗੁਰਬਚਨ ਸਿੰਘ ਨੂੰ ਹੀ ਵੇਖਦਾ ਰਿਹਾ। ਫੋਟੋ ਖਿੱਚ ਕੇ ਅਤੇ ਲੰਡਨ ਦੀ ਨਿਊਜ਼ ਪੇਪਰ ਦੇ ਵਿੱਚ ਉਹਨੇ ਛਪਵਾਈ, ਕਹਿੰਦੇ ਜੇ ਜਿਉਂਦਾ ਜਾਗਦਾ ਜੀਜ਼ਸ ਵੇਖਣਾ ਤਾਂ ਆਹ ਵੇਖ ਲਓ। ਕਹਿੰਦੇ ਮੈਂ ਵੇਖ ਕੇ ਆਇਆ ਦਿੱਲੀ ਦੇ ਵਿੱਚ, ਆਹ ਉਹਨੇ ਲਿਖਿਆ ਉੱਥੇ। ਕਹਿੰਦੇ ਚਿਹਰੇ 'ਤੇ ਬੰਦਗੀ ਕਰਨ ਵਾਲੇ ਸਿੱਖਾਂ ਦੀ ਗੱਲ ਦੇਖੋ, ਬੜਾ ਲੁਕੋਇਆ ਜੀ, ਬੜਾ ਬੜਾ ਸੰਸਾਰ ਤੁਸੀਂ ਦੇਖੋ। ਹਰ ਇੱਕ ਕਿਸੇ ਨੇ ਜਦ ਇੱਕ ਮਾਈਨੋਰਿਟੀ ਵਿੱਚੋਂ ਕੋਈ ਉੱਠੇ ਨਾ, ਕੋਈ ਛੋਟੇ ਗਿਣਤੀ ਘੱਟ ਗਿਣਤੀਆਂ ਵਿੱਚੋਂ ਉੱਠੇ, ਇਹ ਫਿਰ ਉਹਦੀ ਬੁਕਤ ਨਹੀਂ ਸਮਝੀ ਜਾਂਦੀ ਸੰਸਾਰ 'ਚ। ਕਹਿੰਦੇ ਇਹਨੂੰ ਲੁਕੋ, ਇਹਦੇ ਉੱਤੇ ਪਰਦਾ ਪਾਓ, ਇਹਨੂੰ ਢੱਕ ਕੇ ਰੱਖੋ। ਪਰ ਸਤਿਗੁਰ ਦੀ ਰਹਿਮਤ ਐਸੀ ਹੈ ਨਾ, ਜਿਹੜਾ ਬਚਨ ਬਾਣੀ 'ਚ ਹੈ, ਅਨਕ ਯਤਨ ਕਰ ਹਿਰਦੈ ਰੱਖਿਆ ਰਤਨ ਨਾ ਛਪੈ ਛਪਾਇਆ। ਇਹ ਸਨ ਬਾਬਾ ਗੁਰਬਚਨ ਸਿੰਘ ਜੀ। ਗੁਰਮੁਖ ਪਰਿਵਾਰ ਸਰਦਾਰ ਗੋਬਿੰਦ ਸਿੰਘ, ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਸੀ। ਸਿਰਫ 5 ਮਿੰਟ ਬਾਕੀ ਨੇ, ਦੋ ਕੁ ਮਿੰਟ ਪਹਿਲਾਂ ਮੈਂ ਸਮਾਪਤੀ ਕਰਾਂਗਾ, ਕਿਉਂਕਿ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਉਸਤਾਦ ਜੀ ਆ ਚੁੱਕੇ ਨੇ, ਉਹਨਾਂ ਨੇ ਆਪਣੇ ਸਾਜ ਵੀ ਸੈੱਟ ਕਰਨੇ ਨੇ। ਪ੍ਰੋਫੈਸਰ ਪੂਰਨ ਸਿੰਘ ਦੀ ਇੱਕ ਬੜੀ ਪਿਆਰੀ ਗਾਥਾ ਹੈ, ਮੈਂ ਇਸ ਪਾਵਨ ਸਥਾਨ 'ਤੇ ਸਾਂਝੀ ਕਰ ਚੁੱਕਾਂ। ਅੱਜ ਅਸੀਂ ਕਹਿੰਦੇ ਹਾਂ ਜੀ ਬੱਚੇ ਸਾਡੇ ਹੁਕਮ ਤੋਂ ਆਕੀ ਨੇ, ਬੱਚੇ ਸਾਡਾ ਕਹਿਣਾ ਨਹੀਂ ਮੰਨਦੇ। ਜਾਂ ਭਾਈ ਵੀਰ ਸਿੰਘ ਕੋਲ ਇੱਕ ਇਹ ਘਟਨਾ ਵਰਤੀ ਸੀ ਅਤੇ ਇਹਦਾ ਜ਼ਿਕਰ ਭਾਈ ਵੀਰ ਸਿੰਘ ਨੇ ਕੀਤਾ ਗੁਰਮੁਖ ਸਿੱਖਿਆ ਦੇ ਵਿੱਚ, ਇਹਦਾ ਜ਼ਿਕਰ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕੀਤਾ ਕਿ ਜਦ ਕੋਈ ਭਗਤੀ ਅਤੇ ਬੰਦਗੀ ਕਰਨ ਵਾਲੀ ਰੂਹ ਕਿੱਥੇ ਬਹਿ ਜਾਏ ਨਾ, ਉਹਦੇ ਕੋਲ ਭਾਵੇਂ ਆਪਣਾ ਘਰ ਵੀ ਨਾ ਹੋਣ, ਆਪਣੇ ਪੁੱਤਰ ਧੀਆਂ ਵੀ ਨਾ ਹੋਣ, ਫਿਰ 100 ਬੇਗਾਨੇ ਵੀ ਉਹਨੂੰ ਹੱਥਾਂ ਦੀ ਛਾਂ ਦਿੰਦੇ ਜੇ ਅੰਦਰ ਨਾਮ ਹੋਏ। ਨਾਮ ਦੀ ਰਹਿਮਤ ਬੜੀ ਵੱਡੀ ਹੈ ਜੀ। ਆਪਣੇ ਛੱਡੋ, 100 ਬੇਗਾਨੇ ਆ ਕੇ ਉਹਦੇ ਪੈਰਾਂ 'ਤੇ ਸਿਰ ਰੱਖਦੇ। ਇਹ ਘਟਨਾ ਵਾਪਰੀ, ਪ੍ਰੋਫੈਸਰ ਪੂਰਨ ਸਿੰਘ ਹਰਿਦੁਆਰ ਜਾਂਦੇ, ਉੱਥੇ ਜਿੰਨੇ ਵੀ ਇੰਟਰਫੇਥ ਕਾਨਫਰੰਸ ਕੁਛ ਹੁੰਦੇ, ਉੱਥੇ ਇੱਕ ਸਿੱਖ ਪਰਿਵਾਰ ਸੀ ਅਤੇ ਉਹਦੇ ਘਰ ਰਹਿੰਦੇ ਪ੍ਰੋਫੈਸਰ ਪੂਰਨ ਸਿੰਘ। ਉਹ ਸਿੱਖ ਪਰਿਵਾਰ ਦੇ ਘਰ ਜਦ ਵੀ ਜਾਂਦੇ, 8-9-10 ਸਾਲ ਲਗਾਤਾਰ ਉੱਥੇ ਜਾਂਦੇ ਰਹੇ ਅਤੇ ਉਸ ਪਰਿਵਾਰ ਦੇ ਨਾਲ ਸਾਂਝ, ਅਤੇ ਉਸ ਘਰ ਦੇ ਵਿੱਚ ਕਮਾਈ ਰਹਿੰਦੀ ਸੀ ਜਿਹਨੂੰ ਦਾਦੀ ਕਹਿੰਦੇ ਸੀ ਸਾਰੇ। ਹੁਣ ਪ੍ਰੋਫੈਸਰ ਪੂਰਨ ਸਿੰਘ ਨੂੰ ਪਤਾ, ਘਰ ਇਹ ਮਾਈ ਦਾ, ਇਹਦਾ ਘਰ ਹੈ, ਮਾਲਕਣ ਹੈ। ਬੜੀ ਬੜੀ ਬਾਣੀ ਪੜ੍ਹਦੀ ਹੈ ਗੁਰਮਤ ਦੀਆਂ ਗੱਲਾਂ, ਅਤੇ ਪ੍ਰੋਫੈਸਰ ਸਾਹਿਬ ਫਿਰ ਕਿਸੇ ਹੋਰ ਜਾਂਦੇ ਨਹੀਂ ਸੀ। ਪੂਰਨ ਸਿੰਘ ਕਹਿੰਦੇ ਮੇਰਾ ਮਨ ਮਾਈ ਦੇ ਘਰ ਲੱਗਦਾ, ਇਹਦੇ ਪੁੱਤਰਾਂ ਦੇ ਨਾਲ, ਪੋਤਰਿਆਂ ਦੋਤਰਿਆਂ ਦੇ ਵਿੱਚ, ਇਹ ਪੋਤਰਿਆਂ ਵਿੱਚ ਰਹਿਣਾ ਮੈਨੂੰ ਚੰਗਾ ਲੱਗਦਾ। ਬਾਣੀ ਦੀ ਗੱਲ, ਰਾਤ ਤਾਣੀ ਦੋ ਰਾਤਾਂ, 8-9 ਸਾਲ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੇ ਘਰ ਆਉਂਦੇ ਰਹੇ ਹਰ ਸਾਲ। ਜਦ 10 ਕੁ ਸਾਲ ਹੋਏ ਨਾ, ਮਾਈ ਦੀ ਉਮਰ ਬਹੁਤ ਹੋ ਗਈ, ਫਿਰ ਪ੍ਰੋਫੈਸਰ ਪੂਰਨ ਸਿੰਘ ਨੇ ਮਾਈ ਦੇ ਲਾਗੇ ਆ ਕੇ ਪੁੱਛਿਆ, ਮਾਈ 9-10 ਸਾਲ ਮੈਂ ਤੁਹਾਡੇ ਕੋਲ ਆਉਂਦਾ ਰਿਹਾ, ਬੜਾ ਪ੍ਰੇਮ ਬਣਿਆ, ਮੈਂ ਇਹ ਤਾਂ ਪੁੱਛਣਾ ਹੀ ਭੁੱਲ ਗਿਆ ਕਿ ਤੁਹਾਡਾ ਪਿਛੋਕੜ ਕੀ ਹੈ।
ਵੀ ਕਿਹੜਾ ਇਲਾਕਾ ਹੈ, ਕਿੱਥੇ ਚੜ੍ਹਦੇ ਪੰਜਾਬ ਤੋਂ, ਲਹਿੰਦੇ ਪੰਜਾਬ ਤੋਂ, ਕਿੱਥੋਂ ਤੁਸੀਂ, ਕਿਹੜੇ ਪਾਸੇ ਪਿੰਡ, ਜੱਦੀ, ਜ਼ਮੀਨਾਂ, ਜਾਇਦਾਦ, ਪੁਰਖੇ ਕਿੱਥੋਂ, ਹੋਰ ਤੇ ਮੈਂ ਕੋਈ ਦੇਖਿਆ ਹੀ ਨਹੀਂ। ਇੱਕ ਤੁਸੀਂ ਹੋ, ਤੁਹਾਡਾ ਪੁੱਤਰ ਹੈ, ਤੁਹਾਡੀ ਨੂੰਹ ਹੈ ਅਤੇ ਤੁਹਾਡੇ ਪੋਤਰੇ ਪੋਤਰੀਆਂ ਨੇ, ਹੋਰ ਤੇ ਪਰਿਵਾਰ ਨਾਲ ਮੈਨੂੰ ਕੋਈ ਸਾਂਝ ਪਤਾ ਹੀ ਨਹੀਂ ਲੱਗੀ 9 ਸਾਲਾਂ 'ਚ, ਬਈ ਕੌਣ ਸੀ। ਅੱਛਾ, ਮੈਂ ਤੇ ਕਦੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਸਰਦਾਰ ਜੀ ਦੀ ਤਸਵੀਰ ਵੀ ਨਹੀਂ ਵੇਖੀ, ਫੋਟੋ ਵੀ ਨਹੀਂ ਦੇਖੀ, ਜਿਹਦੇ ਨਾਲ ਤੁਸੀਂ ਵਿਆਹ ਕੇ ਇੱਥੇ ਆਇਓ। ਉਹ ਕਹਿੰਦੇ ਪੂਰਨ ਸਿਆਂ, ਬਸ ਹੋਰ ਨਾ ਗੱਲ ਕਰੀ। ਕਹਿੰਦੇ ਕਿਉਂ? ਕਹਿੰਦੀ ਮੈਂ ਇਸ ਘਰ ਵਿਆਹ ਕੇ ਨਹੀਂ ਆਈ ਸੀ। ਕਹਿੰਦੇ ਫਿਰ? ਕਹਿੰਦੇ ਇਹ ਘਰ ਮੇਰਾ ਹੈ ਹੀ ਨਹੀਂ। ਕਹਿੰਦੇ ਫਿਰ ਇੱਥੇ ਕਿਵੇਂ? ਕਹਿੰਦੇ ਰੱਬ ਨੇ ਮੈਨੂੰ 4 ਪੁੱਤਰ ਬਖਸ਼ੇ ਸੀ ਅੱਜ ਤੋਂ 12-15 ਸਾਲ ਪਹਿਲਾਂ। 3 ਮਰ ਗਏ ਤੇ ਚੌਥਾ ਜਿਸ ਵੇਲੇ ਪੁੱਤਰ ਮਰਿਆ ਹਰਿਦੁਆਰ, ਉਹਦੇ ਮੈਂ ਫੁੱਲ ਤਾਰਨ ਵਾਸਤੇ ਆਈ ਸੀ। ਸੁਣਿਓ ਇਹ ਗੱਲ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਤੇ ਭਾਈ ਵੀਰ ਸਿੰਘ ਨੇ ਗੁਰਮੁਖ ਸਿੱਖਿਆ 'ਚ ਲਿਖੀ ਹੈ। ਕਹਿੰਦੇ ਮੈਂ ਫੁੱਲ ਤਾਰਨ ਆਈ ਤੇ ਹਰਿਦੁਆਰ ਜਦ ਚੌਥੇ ਪੁੱਤਰ ਦੇ ਫੁੱਲ ਤਾਰੇ ਤੇ ਉੱਥੇ ਮੈਂ ਪੈਰ ਜੰਮ ਗਏ ਕਿ ਹੁਣ ਮੈਂ ਕਿਹੜੇ ਘਰ ਜਾਵਾਂ, ਵੀ ਕੌਣ ਮੈਨੂੰ ਉਡੀਕਦਾ ਹੋਏਗਾ, ਕੱਲੀਆਂ ਜਿੰਦਾ ਲਾ ਕੇ ਆਈਆਂ, ਹੁਣ ਦੇਖਣ ਵਾਲਾ ਕੌਣ, ਪੁੱਛਣ ਵਾਲਾ ਕੌਣ। ਕਹਿੰਦੀ ਪੈਰ ਜੰਮ ਗਏ ਤੇ ਹਨੇਰਾ ਪੈ ਗਿਆ ਤੇ ਹੁਣ ਮੈਨੂੰ ਹੋਇਆ ਮੈਂ ਵਾਪਸ ਕਿਵੇਂ ਪਰਤਾਂ। ਕਹਿੰਦੇ ਇਹਨਾਂ ਨੂੰ ਮੈਂ ਕਿਸੇ ਨੂੰ ਪੁੱਛਿਆ ਕੋਈ ਇੱਥੇ ਸਿੱਖ ਰਹਿੰਦਾ? ਕਹਿੰਦੇ ਇਹਨਾਂ ਦਾ ਘਰ ਮੈਨੂੰ ਮਿਲਿਆ। ਕਹਿੰਦੇ ਇਹਨਾਂ ਨੂੰ ਮੈਂ ਬੇਨਤੀ ਕੀਤੀ ਮੈਨੂੰ ਰਾਤ ਰਹਿ ਲੈਣ ਦਿਓ। ਇਹਨਾਂ ਨੇ ਕਿਹਾ ਮਾਈ ਕਿੱਥੋਂ ਆਈ? ਮੈਂ ਦੱਸਿਆ ਐਵੇਂ ਮੈਂ ਆਪਣੇ ਆਖਰੀ ਪੁੱਤਰ ਦੇ ਫੁੱਲ ਵਾਹ ਕੇ ਆਈ ਹਾਂ ਤੇ ਮੈਂ ਬਸ ਰਾਤ ਰਹਿ ਕੇ ਤੇ ਸਵੇਰੇ ਤੁਰ ਜਾਣਾ। ਕਹਿੰਦੇ ਮੈਂ ਰਾਤੀ ਸ਼ਾਮੀ ਪਹੁੰਚੀ, ਲੋਡਾ ਵੇਲਾ ਸੀ, ਰਾਤ ਪਹੁੰਚੀ। ਕਹਿੰਦੀ ਬੈਠ ਕੇ ਮੈਂ ਸੋਹਲਾ ਕੀਤਾ ਬੱਚਿਆਂ ਦੇ ਨਾਲ, ਬੱਚੇ ਵੀ ਆਏ ਬੈਠੇ, ਸੋਧਰ ਤੋਂ ਬਾਅਦ ਸੋਹਲਾ ਕਰਕੇ ਪ੍ਰਸ਼ਾਦਾ ਛੱਕ ਕੇ ਅਸੀਂ ਸੌਂਗੇ। ਕਹਿੰਦੇ ਅੰਮ੍ਰਿਤ ਵੇਲੇ ਮੈਂ ਉੱਠ ਕੇ ਜਾਪ ਕੀਤਾ ਤੇ ਮੈਂ ਇਸ ਘਰ ਦਾ ਜਿਹੜਾ ਮਾਲਕ ਸੀ ਉਹਨੂੰ ਕਿਹਾ ਮੈਨੂੰ ਆਉਣ ਵਾਲੀ ਹੁਣ ਅਗਲੀ ਬੱਸੇ ਅੱਡੇ ਚਾੜ ਦੇ ਤੇ ਮੈਂ ਜਾਵਾਂ ਆਪਣੇ ਘਰ ਗਰਾਂ। ਉਹ ਕਹਿੰਦਾ ਮਾਈ ਆਨੰਦ ਬੜਾ ਆਇਆ ਰਾਤੀ ਬਾਣੀ ਪੜ੍ਹ ਕੇ, ਅੱਜ ਵੀ ਬੜਾ ਆਨੰਦ ਆਇਆ, ਇਉਂ ਕਰ 1-2 ਦਿਨ ਰਹਿ ਜਾ, ਅੱਜ ਵੀ ਸੋਧਰ ਕਰ ਲਾਂਗੇ, ਕੱਲ੍ਹ ਵੀ ਨੇਮ ਨਿਭਾ ਲਾਂਗੇ, ਫਿਰ ਤੂੰ ਚਲੀ ਜਾਈ। ਬੜਾ ਆਨੰਦ ਆਇਆ ਇਕੱਠੇ ਬਹਿ ਕੇ। ਕਹਿੰਦੇ 1-2 ਦਿਨ ਹਫ਼ਤਾ ਬੀਤਿਆ, ਮਹੀਨਾ ਹੋ ਗਿਆ, ਮੈਂ ਮਹੀਨੇ ਬਾਅਦ ਕਿਹਾ ਹੁਣ ਤੇ ਜਾਣ ਦੇ, ਮੈਨੂੰ ਵੀ ਸੀ ਮੈਂ ਪਿੱਛੇ ਕੀ ਕਰਨ ਜਾਣਾ, ਪਰ ਮੈਂ ਜਾਣਾ ਤੇ ਸੀ, ਮੈਂ 100 ਬੇਗਾਨੇ ਘਰ ਰੁਕੀ ਹਾਂ। ਉਹ ਕਹਿੰਦਾ ਮਾਈ ਮਹੀਨਾ ਲੰਘ ਗਿਆ, ਪਤਾ ਹੀ ਨਹੀਂ ਲੱਗਿਆ ਮਹੀਨਾ ਹੋਰ ਰਹਿ ਜਾ। ਕਹਿੰਦੇ ਮਹੀਨੇ ਦੀ ਗੱਲ ਛੱਡੋ, ਅੱਜ 9 ਸਾਲ 12 ਸਾਲ ਕਹਿੰਦੇ ਹੋ ਗਏ, ਤੁਸੀਂ 9 ਸਾਲਾਂ 'ਤੇ ਆ ਰਹੇ ਹੋ ਪੂਰਨ ਸਿੰਘ ਨੂੰ? ਕਹਿੰਦੇ 12 ਸਾਲ ਹੋ ਗਏ ਮੈਨੂੰ ਜਾਣ ਦੀ ਗੱਲ ਨਹੀਂ ਕਰਨ ਦਿੱਤੀ ਇਹਨਾਂ ਨੇ। ਹੈ ਗੱਲ ਭਗਤੀ ਬਾਣੀ ਦੀ। ਕਹਿੰਦੇ ਕੀ ਸਿਰਫ ਰਹਿਮਤ? ਸਿਰਫ ਨੇਮ ਸਵੇਰ ਦਾ ਨਿਭਾਇਆ ਅਤੇ ਸ਼ਾਮ ਦਾ, ਹੋਰ ਕੋਈ ਗੱਲ? ਕਹਿੰਦੇ ਸੈਂਚੀਆਂ ਸੀ ਮੈਂ ਮੰਗੀਆਂ ਇਹਦੇ ਕੋਲੋਂ। ਕਹਿੰਦੇ ਇਹ ਮੈਨੂੰ ਮਾਂ ਕਹਿਣ ਲੱਗ ਗਿਆ, ਮੈਨੂੰ ਪੁੱਤਰ ਨਹੀਂ ਸੀ, ਮੈਨੂੰ ਪੁੱਤਰ ਦੇ ਨਾਲ ਮੈਨੂੰ ਪੋਤਰੇ ਪੋਤਰੀਆਂ ਮਿਲ। ਆਹ ਰਹਿਮਤ ਦੇਖੋ, ਇਹੀ ਗੋਬਿੰਦ ਸਿੰਘ ਜੀ ਦੇ ਘਰ ਪਰਿਵਾਰ ਨਾਲ ਹੋਇਆ ਸੀ। ਬਾਬਾ ਗੁਰਬਚਨ ਸਿੰਘ ਕੋਈ ਇਹਨਾਂ ਦੇ ਪਿਤਾ ਜੀ ਨਹੀਂ ਹੈਗੇ, ਖੂਨ ਦੇ ਸੇਵਾ ਕਰਦੇ ਸੀ, ਕਦੀ ਕਿੱਥੇ, ਕਦੀ ਬੰਗਲਾ ਸਾਹਿਬ ਰਹਿਲੇ, ਕਦੀ ਸੀਸਗੰਜ ਰਹਿਲੇ, ਕਦੀ ਅੰਮ੍ਰਿਤਸਰ ਚਲੇ ਗਏ, ਕਦੀ ਹਜ਼ੂਰ ਸਾਹਿਬ ਚਲੇ ਗਏ, ਸੇਵਾ ਕਰਦੇ ਸੀ ਅਖੰਡ ਕੀਰਤਨੀ ਜਥੇ ਦੀ। ਭਗਤੀ ਨਹੀਂ ਸੀ ਅਤੇ ਇਹਨਾਂ ਦਾ ਮਨ ਕੀਤਾ ਸੀ ਆਪਣੇ ਘਰ ਲੈ ਕੇ। ਇਹ ਫਿਰ ਲਿਜਾ ਕੇ ਉਹਨਾਂ ਨੇ ਲਗਾਤਾਰ 23 ਸਾਲ ਉਹਨਾਂ ਦੀ ਸੇਵਾ ਕੀਤੀ, ਪਿਤਾ ਜੀ ਦੇ ਵਾਂਗ ਰੱਖਿਆ, ਆਨੰਦ ਮਾਣਿਆ, ਭਗਤੀ ਦੀਆਂ ਗੁੜਤੀਆਂ ਲਈਆਂ ਅਤੇ ਉਹਨਾਂ ਦੀ ਯਾਦਗਾਰ ਵੀ ਬਾਬਾ ਗੁਰਬਚਨ ਸਿੰਘ। ਇਹ ਸਿਰਫ ਇਕੱਲੀ ਇਹ ਘਟਨਾ ਅੱਜ ਤੋਂ 100 ਸਾਲ ਪਹਿਲਾਂ ਵਰਤੀ ਨਹੀਂ, ਇਹ ਘਟਨਾ ਅੱਜ ਵੀ ਵਰਤੀ ਅਤੇ ਰਹਿੰਦੀ ਧਰਤੀ ਤੱਕ ਵੀ ਵਰਤਦੀ ਰਹੇਗੀ। ਭਗਤੀ ਅਤੇ ਬੰਦਗੀ ਗੁਰੂ ਦਾ ਨੇਮ ਹਿਰਦੇ 'ਚ ਹੋਏਗਾ ਨਾ, ਬਾਣੀ ਹੋਏਗੀ, 100 ਬੇਗਾਨੇ ਵੀ ਹੱਥੋਂ ਛਾਵਾਂ ਕਰਨਗੇ। ਇਹ ਹੈ ਬਾਬਾ ਗੁਰਬਚਨ ਸਿੰਘ ਜੀ ਦਾ ਇਤਿਹਾਸ, ਜਿਹਨਾਂ ਦੇ ਵਾਸਤੇ ਅਸੀਂ ਬੈਠੇ। ਸਮਾਂ ਮੇਰਾ ਸਮਾਪਤੀ ਵੱਲ ਹੈ। ਅੱਜ ਉਸਤਾਦ ਜੀ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਉਹਨਾਂ ਦਾ ਜਨਮ ਦਿਨ ਹੈ ਔਰ ਇਹੋ ਜਿਹੇ ਕੀਰਤਨੀ ਹੈ
ਸਾਡੇ ਸਿੱਖ ਕੌਮ ਦੇ ਸਭ ਤੋਂ ਸੁਰੀਲੇ ਕੀਰਤਨੀਆਂ ਵਿੱਚੋਂ ਇਹ ਕੀਰਤਨੀਆਂ ਨੇ ਅਤੇ ਜਿਨ੍ਹਾਂ ਦੀ ਬਣਾਈਆਂ ਰੀਤ ਸੈਂਕੜੇ ਗਾਉਂਦੇ ਨੇ। ਸ਼ਬਦ ਨਾਦ ਪ੍ਰੋਜੈਕਟ ਬਣਾਇਆ ਜਿਹਦੇ ਵਿੱਚ ਬਾਲੀਵੁੱਡ ਅਤੇ ਵੱਡੇ ਵੱਡੇ ਸੰਗੀਤ ਉਸਤਾਦ, ਜਿਨ੍ਹਾਂ ਨੂੰ ਉਸਤਾਦ ਸੁਣਦੇ ਨੇ, ਉਸਤਾਦ ਸੰਗੀਤਕਾਰਾਂ ਦੀ ਹਾਜ਼ਰੀ ਲਵਾਤੀ। ਦੇਖੋ ਉਹਨਾਂ ਦਾ ਜੀਵਨ ਸਫਲ ਹੋ ਗਿਆ, ਮੈਨੂੰ ਤਾਂ ਇਹੀ ਲੱਗਦਾ ਕਿ ਉਹਨਾਂ ਦਾ ਜੀਵਨ ਸਫਲ ਕਰਦਾ। ਉਹਨਾਂ ਤੋਂ 31 ਰਾਗਾਂ ਦਾ ਪ੍ਰੋਜੈਕਟ ਜਿਹੜਾ ਇੰਪੋਸੀਬਲ, ਨੀਅਰ ਇੰਪੋਸੀਬਲ ਸੀ ਕਿ ਕਦੀ ਬਣੇਗਾ, ਭਾਵੇਂ ਉਹ ਰਵੀ ਸ਼ੰਕਰ ਹੈ, ਭਾਵੇਂ ਪ੍ਰੀਕੋਸ਼ਨਿਸਟ ਉਹ ਜ਼ਾਕਰ ਹੁਸੈਨ ਸਾਹਿਬ ਨੇ ਉਹਦੇ ਵਿੱਚ ਤਬਲਾ ਵਜਾਇਆ, ਕਈ ਕਈ ਦੇ ਵਿੱਚ ਰਵੀ ਸ਼ੰਕਰ, ਪ੍ਰੋਫੈਸਰ ਆਪਣਾ ਨਿਰਮਲ ਸਿੰਘ ਜੀ ਪਦਮ ਸ਼੍ਰੀ, ਉਹਨਾਂ ਦੀ ਆਖਰੀ ਸ਼ਬਦ ਦੀ ਰਿਕਾਰਡਿੰਗ 2 ਸ਼ਬਦਾਂ ਦੀ, ਉਹ ਵੀ ਪ੍ਰੋਫੈਸਰ ਸਾਹਿਬ ਨੇ ਕੀਤੀ। ਹੋਰ ਇਸੇ ਤਰ੍ਹਾਂ ਬੜੇ ਪ੍ਰੋਫੈਸਰ ਕਰਤਾਰ ਸਿੰਘ ਜੀ ਦੀ ਆਖਰੀ ਰਿਕਾਰਡਿੰਗ, ਉਹ ਵੀ ਉਸ ਟਰੈਕ ਦੇ ਵਿੱਚ ਸ਼ਬਦ ਨਾਦ ਪ੍ਰੋਜੈਕਟ ਬੇਨਤੀ ਕੀਤੀ ਸੀ ਇੱਥੋਂ ਰਿਲੀਜ਼ ਕਰੀਏ, ਪਰ ਪ੍ਰਿੰਸੀਪਲ ਸਾਹਿਬ ਕਹਿੰਦੇ ਅਸੀਂ ਜੀ ਕੇ ਕਰਨਾ, ਉੱਥੇ ਵਚਨ ਹੋ ਗਏ ਨੇ, ਉੱਥੇ ਵੀ ਰਿਲੀਜ਼ ਕਰੋ ਅਤੇ ਇੱਥੇ ਵੀ ਰਿਲੀਜ਼ ਕਰੋ। ਅਸੀਂ ਸੰਗਤਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਦੋਂ ਸ਼ਬਦ ਨਾਦ ਉਹ ਡਿਵਾਈਸ ਜਿਹੜਾ ਤਿਆਰ ਕੀਤਾ, ਬੜਾ ਕਮਾਲ ਦਾ, ਜਿਹਦੇ ਵਿੱਚ 31 ਰਾਗਾਂ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਰਾਗ ਤੋਂ ਲੈ ਕੇ ਜੈ ਜੈਵੰਤੀ ਤੱਕ ਦਾ ਸਾਰਾ ਖਜ਼ਾਨਾ, ਤੁਸੀਂ ਬਸ ਸੁਣੋ ਅਤੇ ਹਰ ਇੱਕ ਵੱਡੇ ਤੋਂ ਵੱਡਾ ਉਸਤਾਦ ਉਹਦੇ ਵਿੱਚ ਗੁਰਬਾਣੀ ਕੀਰਤਨ ਅਤੇ ਰੀਤਾਂ, ਜਿਸ ਤਰ੍ਹਾਂ ਕੱਲ੍ਹ ਜ਼ਖਮੀ ਸਾਹਿਬ ਕਹਿ ਰਹੇ ਸੀ ਕਿ ਰੀਤ ਭਾਈ ਸਾਹਿਬ ਉਸਤਾਦ ਜੀ ਨੇ ਬਣਾਈ ਹੈ, ਗਾਵਿਆ ਗਾਉਣ ਵਾਲਿਆਂ ਨੇ ਜਿਹਨਾਂ ਤੋਂ ਸਤਿਗੁਰ ਨੇ ਗਵਾ ਲਿਆ ਅਤੇ ਸ਼ਬਦ ਸਤਿਗੁਰ ਦਾ, ਕਿੰਨੀ ਕਮਾਲ ਦੀ ਗੱਲ ਹੈ। ਅੱਜ ਉਸਤਾਦ ਜੀ ਦਾ ਜਨਮ ਦਿਨ ਹੈ, ਕਿਉਂਕਿ 1 ਅਪ੍ਰੈਲ ਨੂੰ ਇਹ ਕਦੀ ਵੀ ਨਹੀਂ ਕਿੱਥੇ ਜਾਂਦੇ ਅਤੇ ਆਪਣੇ ਵਿਦਿਆਲੇ ਜਾਂ ਆਪਣੀ ਨਿੱਜ ਥਾਂ 'ਤੇ ਹੀ ਸਾਰਾ ਗੁਰਮਤਿ ਸਮਾਗਮ ਕਰਦੇ ਨੇ। ਪਹਿਲੀ ਵਾਰ ਇਹ 1 ਅਪ੍ਰੈਲ ਨੂੰ ਬਾਹਰ ਆਏ ਨੇ। ਅੱਜ ਇਹਨਾਂ ਨੂੰ ਜਨਮ ਦਿਨ ਦੀ ਵੀ ਮੁਬਾਰਕ। ਆਇਆ ਸਫਲਤਾ ਹੂੰ ਕੋ ਗਨੀਆਂ, ਜਾਸ ਰਸਨ ਹਰ ਹਰ ਮੁੱਖ ਬਣੀਆਂ। ਸਤਿਗੁਰ ਭਲੀ ਕਰਨ, ਇਹਨਾਂ ਨੂੰ ਸਿਹਤਯਾਬੀ ਬਖਸ਼ਣ, ਲੰਬੀ ਆਰਬਲਾ ਬਖਸ਼ਣ। ਬੜੇ ਬੱਚਿਆਂ ਨੂੰ ਇਹ ਸਿਖਾ ਰਹੇ ਨੇ ਨਿਸ਼ਕਾਮ, ਸਤਿਗੁਰ ਜੀ ਇਹਨਾਂ ਦੀ ਸੇਵਾ ਕਰਨਾ ਥਾਂਏ ਪਾਉਣ। ਬਾਬਾ ਬਚਨ ਸਿੰਘ ਜੀ, ਜਥੇਦਾਰ ਬਾਬਾ ਬਚਨ ਸਿੰਘ ਜੀ ਪਹੁੰਚੇ ਹੋਏ ਨੇ, ਤਿੰਨਾਂ ਨੂੰ ਜੀਆਂ ਆਏ ਨੂੰ, ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਉਹ ਆਏ ਹੋਏ ਨੇ, ਹੋਰ ਜਿੰਨੇ ਪਤਵੰਤੇ ਸੱਜਣ ਸਾਰੇ ਮੇਰੇ ਸਾਹਮਣੇ ਬੈਠੇ, ਮੈਂ ਸਭ ਨੂੰ ਜੀਵਾਂ ਆਇਆਂ ਨੂੰ ਕਹਿੰਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਹੁਣ ਵੀ ਕਾਰਜ ਤੁਸੀਂ ਦੇਖੋ, ਅੱਜ ਵੀ ਮਾਤਾ ਸੁੰਦਰੀ ਵਿਖੇ ਨਵੀਆਂ ਸਰਾਵਾਂ ਦੇ ਉੱਥੇ ਇੱਕ ਗੁਰਮਤਿ ਕਾਲਜ, ਵਧੀਆ ਕਾਲਜ, ਇੱਕ ਇੰਸਟੀਟਿਊਸ਼ਨ ਬਣ ਰਿਹਾ, ਉਹ ਵੀ ਸੇਵਾ ਬਾਬਾ ਬਚਨ ਸਿੰਘ ਜੀ ਸੰਭਾਲ ਰਹੇ ਨੇ। ਉੱਥੇ ਜਿਹੜਾ ਸ਼ੋਰਟ ਟਰਮ ਕੋਰਸ ਵਾਸਤੇ ਉੱਥੇ ਆਫਿਸ ਬਣ ਰਿਹਾ ਗੁਰਮਤਿ ਸੰਗੀਤ ਦਾ ਵਿਦਿਆਲਾ, ਉਹ ਵੀ ਹੁਣ ਇਸ ਵੇਲੇ ਸੇਵਾਵਾਂ ਬਾਬਾ ਬਚਨ ਸਿੰਘ ਜੀ ਕਰ ਰਹੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਸੇਵਾਵਾਂ ਇਸ ਤਰ੍ਹਾਂ ਚੱਲਦੀਆਂ ਰਹਿਣ। ਧੰਨਵਾਦ ਹੈ ਜੀ ਪ੍ਰਧਾਨ ਸਾਹਿਬ ਜੀ ਦਾ, ਸਰਦਾਰ ਦਲੀਪ ਸਿੰਘ ਜੀ ਦਾ, ਸਾਰੀ ਕਮੇਟੀ ਦਾ, ਜਿਨ੍ਹਾਂ ਨੇ ਦਾਸ ਦੇ ਕਹੇ 'ਤੇ, ਸਰਦਾਰ ਗੋਬਿੰਦ ਸਿੰਘ ਜੀ ਦੇ ਕਹੇ 'ਤੇ ਔਰ ਆਪਣੇ ਚਾਓ ਦੇ ਵਿੱਚ ਇਹ ਸਾਰੇ ਸਮਾਗਮ ਕਰਾਏ ਨੇ। ਔਰ ਆਪ ਸਾਰੀਆਂ ਸੰਗਤਾਂ ਦਾ ਸਭ ਤੋਂ ਵੱਧ ਧੰਨਵਾਦ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋੜਾਂ ਵਾਰੀ ਧੰਨਵਾਦ ਕਰੀਏ। ਸੋ ਇਹ ਸੋਹਣੇ ਸਮਾਗਮ ਹੋਏ ਨੇ, ਆਓ ਜੀ ਹੁਣ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਗੁਰਸ਼ਬਦ ਦੇ ਨਾਲ ਨਿਹਾਲ ਕਰਨਗੇ ਜੀ। ਸਾਰਿਆਂ ਦਾ ਧੰਨਵਾਦ ਹੈ ਜੀ, ਮੇਰੀ ਭੁੱਲਾਂ ਗਲਤੀਆਂ ਮੇਰੀ ਝੋਲੀ ਪਾਇਓ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਕਿਉਂਕਿ ਕੱਲ੍ਹ ਨੂੰ ਇੱਕ ਇਹਨਾਂ ਨੇ ਹੋਰ ਡਿਵਾਈਸ ਸਿਮਰਨ ਦਾ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦਾ ਵੀ ਅੱਜ ਜਨਮ ਦਿਨ ਹੈ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਉਸਤਾਦ ਸੁਖਵੰਤ ਸਿੰਘ ਜੀ ਨੇ, ਪ੍ਰਿੰਸੀਪਲ ਸੁਖਵੰਤ ਸਿੰਘ ਜੀ ਨੇ ਇੱਕ ਬੜਾ ਸੋਹਣਾ ਵਾਹਿਗੁਰੂ ਸਿਮਰਨ ਗਾਵਿਆ, ਉਹਦਾ ਵੀ ਛੋਟਾ ਡਿਵਾਈਸ ਬਣਾਇਆ, ਉਹ ਕੱਲ੍ਹ ਲਾਂਚ ਕੀਤਾ ਸੀ ਨਿਮਰੀ ਕਲੋਨੀ, ਅੱਜ ਵੀ ਉਹ ਡਿਵਾਈਸ ਸ਼ਾਇਦ ਲਾਏ ਨੇ ਉਸਤਾਦ ਜੀ 'ਤੇ, ਉਹ ਵੀ ਆਪ ਸੰਗਤਾਂ ਦੇ ਸਨਮੁੱਖ ਬੜਾ ਪਿਆਰਾ ਮੈਂ ਰਾਤੀ ਸੁਣਿਆ।
ਬਹੁਤ ਮਨੋਹਰ ਸਿਮਰਨ ਉਹਦੇ ਵਿੱਚ ਵਾਹਿਗੁਰੂ ਧੁਨ ਬੜੇ ਨਵੇਕਲੇ ਤਰੀਕੇ ਨਾਲ ਗਾਵੀ ਹੈ, ਬਹੁਤ ਆਨੰਦਮਈ ਹੈ ਜੀ। ਇਹ ਕਾਰਜ ਇਸ ਤਰ੍ਹਾਂ ਚੱਲਦੇ ਰਹਿਣ ਜੀ। ਫੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।